ਸਬਰ ਨਹੀਂ ਹੈ ਤੇ ਤੁਸੀਂ ਸਵਰਗ ਤੱਕ ਪਹੁੰਚ ਨਹੀਂ ਸਕਦੇ ਔਰ ਨਾ ਹੀ ਤੁਸੀਂ ਖੁਦਾਵੰਦ ਦੇ ਕੋਲੋਂ ਕੁਝ ਪ੍ਰਾਪਤ ਕਰ ਸਕਦੇ ਹੋ। ਲਿਖਿਆ ਬਾਈਬਲ ਦੇ ਵਿੱਚ ਕਿ ਤੁਸੀਂ ਸਬਰ ਦੇ ਨਾਲ ਧੀਰਜ ਦੇ ਨਾਲ ਆਪਣੀਆਂ ਜਾਨਾਂ ਨੂੰ ਕਮਾਓਗੇ, ਆਪਣੀਆਂ ਜ਼ਿੰਦਗੀਆਂ ਨੂੰ ਬਚਾਓਗੇ ਨਰਕ ਜਾਣ ਤੋਂ ਸਬਰ ਦੇ ਨਾਲ। ਔਰ ਤੁਸੀਂ ਤੇ ਮੈਂ ਬਾਈਬਲ 'ਚ ਪੜ੍ਹਿਆ ਕਿ ਸਬਰ ਜਿਹੜਾ ਧੀਰਜ ਆ ਉਹ ਪਵਿੱਤਰ ਆਤਮਾ ਦਾ ਇੱਕ ਫਲ ਆ, ਹੈ ਜਾਂ ਨਹੀਂ? ਬੋਲਦੇ ਨਹੀਂ ਪਵਿੱਤਰ ਆਤਮਾ ਦਾ ਫਲ ਹੈ ਜਾਂ ਨਹੀਂ? ਔਰ ਜੇ ਇਹ ਫਲ ਤੁਹਾਡੀ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਨਾ ਕਰੇ ਤੇ ਅਸੀਂ ਸਵਰਗ ਨਹੀਂ ਜਾ ਸਕਦੇ। ਅਗਰ ਤੁਹਾਡੇ ਵਿੱਚ ਜਾਂ ਤੁਹਾਡੇ ਅੰਦਰ ਸਬਰ ਨਹੀਂ ਹੈ ਕਿ ਖੁਦਾ ਮੈਨੂੰ ਹੁਣੀ ਦੇ ਦੇ, ਖੁਦਾ ਮੈਨੂੰ ਹੁਣੀ ਪ੍ਰੀਖਿਆ ਚੋਂ ਬਾਹਰ ਕੱਢ ਲਵੇ, ਖੁਦਾ ਹੁਣੀ ਮੇਰਾ ਪਰਤਾਵਾ ਕਲੀਅਰ ਕਰ ਦੇਵੇ, ਖੁਦਾ ਮੈਨੂੰ ਹੁਣੇ ਹੀ ਆਹ ਦੇ ਦੇਵੇ, ਇਹ ਸਬਰ ਵਾਲੇ ਮਨੁੱਖ ਦੀਆਂ ਗੱਲਾਂ ਨਹੀਂ ਆ। ਜੇ ਤੁਹਾਡੇ ਕੋਲ ਇੰਤਜ਼ਾਰ ਨਹੀਂ ਹੁੰਦਾ ਤੇ ਤੁਸੀਂ ਖੁਦਾਵਤ ਦੇ ਕੋਲੋਂ ਬਰਕਤ ਨਹੀਂ ਲੈ ਸਕਦੇ, ਜਿੱਥੇ ਜਾਣਾ ਚਾਹੁੰਦੇ ਉੱਥੇ ਪਹੁੰਚ ਨਹੀਂ ਸਕਦੇ। ਇਹ ਪੇਸ਼ੈਂਸ ਜਿਹੜਾ ਹੈ, ਸਬਰ ਹੈ, ਧੀਰਜ ਹੈ ਜਿਹਦਾ ਨਾਮ, ਇਹ ਆਤਮਾ ਦਾ ਇੱਕ ਫਲ ਹੈ। ਔਰ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵੱਲ ਗੌਰ ਕਰੋ ਕਿ ਤੁਹਾਡੇ ਅੰਦਰ ਪੇਸ਼ੈਂਸ ਹੈ। ਅਗਰ ਖੁਦਾ ਤੁਹਾਡੇ ਕੋਲ ਇੰਤਜ਼ਾਰ ਕਰਵਾਉਂਦਾ ਤਾਂ ਉਹਦੇ ਲਈ ਤੁਹਾਨੂੰ ਤਿਆਰ ਕਰਦਾ ਪਿਆ ਉਸ ਬਰਕਤ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਸਦਾ ਤੁਹਾਡੇ ਕੋਲੋਂ ਰਹਿਣੀ ਹੈ। ਪਰ ਜੇ ਸਬਰ ਨਹੀਂ ਹੈ, ਤੁਸੀਂ ਇੰਤਜ਼ਾਰ ਨਹੀਂ ਕਰ ਸਕਦੇ, ਤਾਂ ਫਿਰ ਤੁਸੀਂ ਉਸ ਬਰਕਤ ਨੂੰ ਪ੍ਰਾਪਤ ਵੀ ਨਹੀਂ ਕਰ ਸਕਦੇ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਸਬਰ ਦਾ ਹੋਣਾ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬੜਾ ਜ਼ਰੂਰੀ ਹੈ। ਜੇ ਸਬਰ ਤੁਹਾਡੇ ਅੰਦਰ ਆ ਤਾਂ ਯਿਸੂ ਮਸੀਹ ਜਦ ਤੱਕ ਬਦਲਾਂ ਤੱਕ ਆਉਂਦੇ ਨਹੀਂ ਆ, ਜਦੋਂ ਤੱਕ ਤੁਸੀਂ ਤਦ ਤੱਕ ਖੜੇ ਰਹੋਗੇ ਆਤਮਾ 'ਚ, ਜੇ ਸਬਰ ਤੁਹਾਡੇ ਅੰਦਰ ਹੈ। ਜੇ ਇੰਤਜ਼ਾਰ ਕਰਨ ਦੀ ਆਦਤ ਤੁਹਾਨੂੰ ਹੈ, ਜਦ ਤੱਕ ਯਿਸੂ ਮਸੀਹ ਬਦਲਾਂ ਦੇ ਉੱਪਰ ਆਉਂਦੇ ਨਹੀਂ ਤਦ ਤੱਕ ਤੁਸੀਂ ਆਤਮਾ 'ਚ ਖੜੇ ਰਹੋਗੇ, ਡਿੱਗੋਗੇ ਨਹੀਂ, ਕਦੇ ਕਮਜ਼ੋਰ ਨਹੀਂ ਪਾਉਂਗੇ। ਹਾਲੇਲੂਇਆ। ਜੇ ਸਬਰ ਤੁਹਾਡੇ ਅੰਦਰ, ਜੇ ਆਤਮਾ ਦਾ ਫਲ ਜਿਹੜਾ ਧੀਰਜ ਆ ਅਗਰ ਤੁਹਾਡੇ ਅੰਦਰ ਕੰਮ ਕਰਦਾ ਪਿਆ, ਪਰ ਯਾਦ ਰੱਖਣਾ ਧੀਰਜ ਰੱਖਣਾ ਜਦ ਤੱਕ ਯਿਸੂ ਮਸੀਹ ਬਦਲਾਂ ਦੇ ਉੱਪਰ ਆਉਂਦੇ ਨੇ, ਪਰ ਧੀਰਜ ਦੇ ਨਾਲ ਨਾਲ ਵਿਸ਼ਵਾਸ ਦੇ ਵਿੱਚ ਵੀ ਬਣੇ ਰਹਿਣਾ, ਧੀਰਜ ਦੇ ਨਾਲ ਨਾਲ ਆਤਮਾ 'ਚ ਵੀ ਬਣੇ ਰਹਿਣਾ। ਇੰਤਜ਼ਾਰ ਕਰਦਿਆਂ ਕਰਦਿਆਂ ਆਪਣੇ ਵਿਸ਼ਵਾਸ ਤੋਂ ਝੁੱਕ ਨਹੀਂ ਜਾਣਾ, ਡਿੱਗ ਨਹੀਂ ਜਾਣਾ, ਕਮਜ਼ੋਰ ਨਹੀਂ ਪੈ ਜਾਣਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਅਗਰ ਧੀਰਜ ਤੁਹਾਡੇ ਅੰਦਰ ਹੈ ਤੇ ਤੁਸੀਂ ਖੁਦਾਵੰਦ ਦੇ ਕੋਲੋਂ ਹਰ ਇੱਕ ਬਰਕਤ ਪ੍ਰਾਪਤ ਕਰ ਸਕਦੇ। ਪੂਰਾ ਚਰਚ ਬੋਲੇ ਹਾਲੇਲੂਇਆ, ਹਾਲੇਲੂਇਆ। ਵਚਨ ਦੇ ਵਿੱਚ ਜਾਣ ਦਾ ਸਮੇਂ ਆ ਪਹੁੰਚਿਆ। ਤੁਹਾਨੂੰ ਪਤਾ ਅਲੀਸ਼ਾ ਦੁੱਗਣਾ ਮਸਾਂ ਉਹਦੇ ਪ੍ਰਾਪਤ ਕਰਨ ਦਾ ਰਾਜ ਸਬਰ ਹੈ। ਬਾਈਬਲ 'ਚ ਸਾਰੀਆਂ ਗੱਲਾਂ ਨਹੀਂ ਲਿਖੀਆਂ, ਜਿੰਨੀਆਂ ਲਿਖੀਆਂ ਵਿਸ਼ਵਾਸ ਨੂੰ ਵਧਾਉਣ ਦੇ ਲਈ ਬਹੁਤੀਆਂ। ਏਲੀਆਂ ਦੀ ਕਿੰਨੀ ਉਹਨੇ ਆਗਿਆਕਾਰੀ ਕੀਤੀ ਹੋਏਗੀ, ਤੁਸੀਂ ਤੇ ਮੈਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ। ਦੁੱਗਣਾ ਪ੍ਰਾਪਤ ਕਰਨ ਦੇ ਲਈ ਇੰਤਜ਼ਾਰ ਦੇਖੋ ਕਿੰਨਾ,
ਕੁਝ ਘੰਟਿਆਂ ਦਾ ਇੰਤਜ਼ਾਰ ਨਹੀਂ ਹੈ, ਕੁਝ ਦਿਨਾਂ ਹਫ਼ਤਿਆਂ ਦਾ ਇੰਤਜ਼ਾਰ ਨਹੀਂ ਹੈ, ਸਾਲਾਂ ਦਾ ਇੰਤਜ਼ਾਰ ਹੈ। ਕਿੰਨਿਆਂ ਨੂੰ ਸਮਝ ਆ ਰਹੀ? ਜੋ ਬਾਈਬਲ ਦਾ ਗਿਆਨ ਰੱਖਦੇ ਮੇਰੀ ਗੱਲ ਨੂੰ ਸਮਝ ਪਾ ਰਹੇ। ਅਗਰ ਅਲੀਸ਼ਾ ਨੇ ਦੁੱਗਣਾ ਪ੍ਰਾਪਤ ਕੀਤਾ ਹੈ ਤੇ ਉਹਦੇ ਬੈਕ ਦੇ ਉੱਤੇ ਉਹਦਾ ਇੰਤਜ਼ਾਰ ਹੈ, ਸਬਰ ਹੈ, ਪੇਸ਼ੈਂਸ ਹੈ। ਬਹੁਤੀਆਂ ਗੱਲਾਂ ਸੁਣਨੇ ਪੈਂਦੀਆਂ, ਬਹੁਤੀਆਂ ਸਹਿਣੇ ਪੈਂਦੀਆਂ, ਬਹੁਤੀਆਂ ਬਰਦਾਸ਼ਤ ਕਰਨੇ ਪੈਂਦੀਆਂ। ਔਰ ਅੱਜ ਦਾ ਮਨੁੱਖ ਕਹਿੰਦਾ ਹੈ ਕਿ ਮੈਨੂੰ ਬਸ ਦੁੱਗਣਾ ਮਿਲ ਜਾਏ, ਇੰਤਜ਼ਾਰ ਨਾ ਕਰਨਾ ਪਏ, ਸਬਰ ਨਾ ਕਰਨਾ ਪਏ। ਕਿੰਨਿਆਂ ਨੂੰ ਗੱਲ ਸਮਝ ਆ ਰਹੀ ਹੈ? ਜਿਹੜਾ ਜਲਦੀ ਦਾ ਕੰਮ ਆ ਉਹ ਸ਼ੈਤਾਨ ਦਾ, ਜੇ ਜਲਦੀ ਮਿਲਦਾ ਤਾਂ ਜਲਦੀ ਉੱਡ ਵੀ ਜਾਂਦਾ, ਜੇ ਸਬਰ ਦੇ ਨਾਲ ਪ੍ਰਾਪਤ ਕਰਦੇ ਹਾਂ ਤੇ ਉਹ ਸਬਰ ਵਾਲਾ ਫਿਰ ਸਦਾ ਦੇ ਲਈ ਤੁਹਾਡੇ ਕੋਲ ਰਹਿੰਦਾ। ਹਾਲੇਲੂਇਆ, ਹਾਲੇਲੂਇਆ। ਕਿੰਨੇ ਤਿਆਰ ਆ ਸੁਣਨ ਦੇ ਲਈ ਵਚਨ? ਮੈਂ ਹਲੇ ਸਿਰਫ ਵਚਨ ਦਾ ਟਾਈਟਲ ਹੀ ਸਮਝਾਇਆ ਔਰ ਤੁਸੀਂ ਇੰਨੇ ਜੀ ਥੱਕ ਗਏ ਆ। ਹਾਂ, ਵਚਨ ਸੁਣਨ ਦੇ ਲਈ ਤਿਆਰ? ਜੇ ਨਹੀਂ ਹੈ ਤਾਂ ਅਗਲੇ ਸੰਡੇ ਸੁਣਾਂਗੇ, ਦੱਸ ਦਿਓ। ਹਾਂ, ਤਿਆਰ ਹੋ? ਜੇ ਤਿਆਰ ਆ ਸੱਚ ਬੋਲਣਾ, ਉਦਾਂ ਉੱਪਰ ਉੱਪਰੋਂ ਨਹੀਂ। ਰਬੇਕਾ ਤਿਆਰ ਹੋ? ਹਾਂ, ਡੇਢ ਘੰਟਾ ਲੱਗ ਜਾਏਗਾ। ਤਿਆਰ ਹੋ? ਆਈਏ ਮੇਰੇ ਨਾਲ ਆਪਣਾ ਆਪਣਾ ਬਾਈਬਲ ਓਪਨ ਕਰੀਏ। ਯਾਕੂਬ ਦਾ ਖਤ, ਉਹਦਾ ਇੱਕ ਨੰਬਰ ਅਧਿਆਇ। ਅੱਜ ਅਸੀਂ ਧੀਰਜ ਦੇ ਉੱਪਰ ਗੱਲਬਾਤ ਕਰਨੀ ਹੈ। ਧੀਰਜ ਕਿਸੇ ਮਨੁੱਖ ਦਾ ਨਾਮ ਨਹੀਂ ਬੋਲ ਰਿਹਾ ਮੈਂ, ਸਬਰ ਜਿਹਨੂੰ ਕਹਿੰਦੇ, ਪੇਸ਼ੈਂਸ ਜਿਹਨੂੰ ਕਹਿੰਦੇ। ਕਿਹਦੇ ਕੋਲ ਬਾਈਬਲ ਨਹੀਂ ਹੈ ਹੱਥ ਖੜਾ ਕਰੋ। ਕਿਹਦੇ ਕੋਲ ਬਾਈਬਲ ਨਹੀਂ ਹੈ ਉਹ ਆਪਣਾ ਹੱਥ ਖੜਾ ਕਰੋ ਜ਼ਰਾ। ਹਾਂ, ਸਾਰਿਆਂ ਦੇ ਕੋਲ ਹੈ। ਵਾਓ, ਜ਼ਬਰਦਸਤ। ਮੈਂ ਫਿਰ ਪੁੱਛਦਾ, ਜਿਹੜੇ ਪੜ੍ਹਨਾ ਜਾਣਦੇ ਆ ਔਰ ਉਹਨਾਂ ਦੇ ਕੋਲ ਬਾਈਬਲ ਨਹੀਂ ਆ, ਕੋਈ ਹੈ ਤੁਹਾਡੇ ਵਿੱਚ? ਵਾਓ, ਕਿਆ ਬਾਤ, ਜ਼ਬਰਦਸਤ। ਸਾਰੇ ਬਾਈਬਲਾਂ ਦੇ ਨਾਲ ਬੋਲਦੇ ਨਹੀਂ? ਸਾਰਿਆਂ ਦੇ ਕੋਲ ਬਾਈਬਲ ਹੈ? ਉੱਪਰ ਉਠਾਓ ਜਨਾ। ਬਾਈਬਲ, ਬਾਈਬਲ ਵਚਨ, ਇਹ ਜ਼ਿੰਦਗੀ ਆ ਤੁਹਾਡੀ ਤੇ ਮੇਰੀ, ਇਹੀ ਬਾਈਬਲ ਆ ਜਿਹਨੇ ਤੁਹਾਨੂੰ ਸਵਰਗ ਲੈ ਕੇ ਜਾਣਾ। ਜੇ ਇਹਦੇ ਵਿੱਚ ਲਿਖਿਆ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੂੰਗੇ, ਔਰ ਇਹ ਉਹੀ ਬਾਈਬਲ ਆ ਤਾਂ ਜਿਹਦੇ ਵਿੱਚ ਲਿਖਿਆ ਨਾ ਆਪਣੀ ਜ਼ਿੰਦਗੀ 'ਚ ਉਤਾਰੂੰਗੇ ਤਾਂ ਨਰਕ ਜਾਣ ਦੇ ਲਈ ਵੀ ਤੁਹਾਨੂੰ ਤਿਆਰ ਕਰਦਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਬਿਨਾਂ ਬਾਈਬਲ ਦੇ ਚਰਚ ਨਹੀਂ ਆਉਣਾ। ਜਿਹਦੇ ਕੋਲ ਬਾਈਬਲ ਨਹੀਂ ਆ ਉਹ ਮੇਰੇ ਕੋਲ ਲੈ ਸਕਦਾ। ਅਗਰ ਤੁਹਾਡੇ ਸਾਰਿਆਂ ਦੇ ਕੋਲ ਤਾਂ ਗੁੱਡ ਹੈ, ਬਹੁਤ ਅੱਛੀ ਗੱਲ ਹੈ। ਖੁਦਾਬੰਦ ਆਸ਼ੀਸ਼ ਔਰ ਬਰਕਤ ਦੇਵੇ ਕਿ ਤੁਸੀਂ ਬਾਈਬਲ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਆ। ਕਿਸ ਟੌਪਿਕ ਦੇ ਉੱਪਰ ਗੱਲਬਾਤ ਕਰਨੀ ਆ ਆਪਾਂ? ਹਾਂ, ਪੈਣਾ ਨਹੀਂ ਬੋਲਦੀਆਂ, ਧੀਰਜ ਦੇ ਉੱਪਰ, ਪੇਸ਼ੈਂਸ, ਸਬਰ। ਸਮਝਦੇ ਹੋ ਨਾ ਸਬਰ? ਧੀਰਜ ਦਾ ਮਤਲਬ ਸਮਝ ਗਏ ਹੋ? ਇੰਤਜ਼ਾਰ ਕਰਨਾ ਜਾਂ ਸਬਰ ਕਰਨਾ, ਹਾਂ, ਵੇਟ ਕਰਨੀ। ਅਗਰ ਤੁਹਾਡੇ ਕੋਲੋਂ ਸਬਰ ਹੈ ਤਾਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ, ਖੁਦਾਬੰਦ ਦੇ ਕੋਲੋਂ ਬਹੁਤ ਕੁਝ ਲੈ ਸਕਦੇ ਹੋ। ਹੁਣ ਵੀ ਤੁਸੀਂ ਸਬਰ ਦੇ ਨਾਲ ਬੈਠੇ ਹੋ ਕਿ ਕਦੋਂ ਖਤਮ ਹੋਵੇ, ਹਾਂ, ਕਦੋਂ ਆਮਿਨ ਹੋਵੇ।
ਪਰ ਬੈਠੇ ਆ ਐਂਡ ਤੱਕ ਜਦ ਤੱਕ ਬਰਕਤ ਦਾ ਕਲਮਾ ਨਹੀਂ ਪੜਿਆ ਜਾਂਦਾ। ਹਾਲੇਲੂਇਆ। ਆਈਏ ਮੇਰੇ ਨਾਲ ਆਪਣਾ ਬਾਈਬਲ ਓਪਨ ਕਰੀਏ, ਯਾਕੂਬ ਦੀ ਪੱਤਰੀ ਉਹਦਾ ਇੱਕ ਨੰਬਰ ਅਧਿਆਇ ਉਹਦਾ ਇੱਕ ਤੋਂ ਪੜ੍ਹਨਾ ਮੈਂ ਸ਼ੁਰੂ ਕਰਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਯਾਕੂਬ ਦੀ ਪੱਤਰੀ ਉਹਦਾ ਇੱਕ ਨੰਬਰ ਅਧਿਆਇ ਔਰ ਉਹਦਾ ਦੋ ਨੰਬਰ ਪੰਕਤੀ ਤੋਂ, ਸੋਰੀ ਦੋ ਨੰਬਰ ਪੰਕਤੀ ਤੋਂ ਮਿਲ ਗਿਆ ਸਾਰਿਆਂ ਨੂੰ। ਸੁਣੋ ਬਾਈਬਲ ਕੀ ਆਖਿਆ, ਕਹਿੰਦਾ ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਦੇ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ, ਪੂਰਨ ਆਨੰਦ ਦੀ ਗੱਲ ਕਦੋਂ, ਕਦੋਂ ਖੁਸ਼ ਹੋਣ ਦੀ ਜ਼ਰੂਰਤ ਆ, ਕਦੋਂ ਆਨੰਦਿਤ ਹੋਣ ਦੀ ਜ਼ਰੂਰਤ ਆ, ਲਿਖਿਆ ਜਦੋਂ ਤੁਸੀਂ ਵੱਖ ਵੱਖ ਪ੍ਰੀਖਿਆਵਾਂ ਦੇ ਵਿੱਚ ਪਵੋ, ਵੱਖ ਵੱਖ ਤੰਗੀਆਂ ਦੇ ਵਿੱਚ ਪਵੋ। ਸਮਝ ਆ ਰਹੀ ਹੈ, ਅਗਰ ਉਦਾਸੀ ਆ ਗਈ ਹੈ, ਅਗਰ ਨਿਰਾਸ਼ਾ ਆ ਗਈ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਤੁਹਾਨੂੰ ਅੱਗੇ ਵਧਾਉਣ ਦੇ ਲਈ ਆਇਆ, ਇਹ ਤੁਹਾਨੂੰ ਪੁਸ਼ ਕਰਨ ਦੇ ਲਈ ਆਇਆ ਕਿ ਤੁਸੀਂ ਅੱਗੇ ਵੱਧ ਸਕੋ। ਤੁਹਾਨੂੰ ਪਤਾ ਜਦੋਂ ਇੱਕ ਵਿਅਕਤੀ ਨੂੰ ਪੁਸ਼ ਕੀਤਾ ਜਾਂਦਾ ਤਾਂ ਹੀ ਉਹ ਅੱਗੇ ਵੱਧ ਸਕਦਾ, ਨਹੀਂ ਤਾਂ ਉੱਥੇ ਖੜਾ ਸੋਚਦਾ ਰਹਿੰਦਾ ਕਿ ਮੈਂ ਅੱਗੇ ਕਿੱਦਾਂ ਵਧਾਂ। ਉਹਨੂੰ ਪੁਸ਼ ਕਰਨ ਦੀ ਜ਼ਰੂਰਤ ਆ। ਔਰ ਜਿਹੜੀਆਂ ਪ੍ਰੀਖਿਆਵਾਂ ਆ ਏਕਾਤਮਕ ਵਿਅਕਤੀ ਨੂੰ ਪੁਸ਼ ਕਰਨ ਦੇ ਲਈ ਬਹੁਤੀਆਂ। ਲਿਖਿਆ ਕਿ ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਦੇ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ, ਪੂਰਨ ਆਨੰਦ ਦੀ ਗੱਲ ਜਾਣੋ। ਆਨੰਦਿਤ ਹੋਣ ਦੀ ਜ਼ਰੂਰਤ ਆ ਜਦੋਂ ਪ੍ਰੀਖਿਆਵਾਂ ਤੁਹਾਡੇ ਉੱਤੇ ਆ ਪੈਣ, ਜਦੋਂ ਤੰਗੀ ਤੁਹਾਡੇ ਉੱਪਰ ਆਵੇ, ਜਦੋਂ ਮੁਸੀਬਤ ਕੋਈ ਤੁਹਾਡੇ ਉੱਪਰ ਆ ਜਾਏ, ਉਹਦੇ ਵਿੱਚ ਡਿੱਗਣ ਦੀ ਜ਼ਰੂਰਤ ਨਹੀਂ ਆ, ਬੁੜਬੁੜਾਉਣ ਦੀ ਜ਼ਰੂਰਤ ਨਹੀਂ ਆ, ਨਿਰਾਸ਼ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ। ਉਹਦੇ ਵਿੱਚ ਕੀ ਕਰਨ ਦੀ ਜ਼ਰੂਰਤ ਹੈ, ਬੋਲਦੇ ਨਹੀਂ, ਕੀ ਕਰਨ ਦੀ ਜ਼ਰੂਰਤ ਹੈ, ਆਨੰਦਿਤ ਕਰਨ ਦੀ ਜ਼ਰੂਰਤ ਆ, ਆਨੰਦ ਮਨਾਉਣ ਦੀ ਜ਼ਰੂਰਤ ਆ। ਲਿਖਿਆ ਕਹਿੰਦਾ ਕਿਉਂ ਜੋ ਤੁਸੀਂ ਜਾਣਦੇ ਆ ਭਈ ਤੁਹਾਡੀ ਨੇਸਾ ਦੀ ਪ੍ਰੀਖਿਆ ਕੀ ਪੈਦਾ ਕਰਦੀ ਆ, ਕੀ ਬਣਾਉਂਦੀ ਆ। ਜੇ ਤੁਸੀਂ ਉਸ ਪ੍ਰੀਖਿਆ ਦੇ ਵਿੱਚ ਖੜੇ ਰਹੋਗੇ, ਜੇ ਤੁਸੀਂ ਉਸ ਮੁਸੀਬਤ ਦੇ ਵਿੱਚ ਬਣੇ ਰਹੋਗੇ, ਜੇ ਤੁਸੀਂ ਉਸ ਪ੍ਰੋਬਲਮ ਦੇ ਵਿੱਚ ਖੁਦਾਵੰਦ ਦੇ ਨਾਲ ਜੁੜੇ ਰਹੋਗੇ, ਚਰਚ ਆਉਣਾ ਬੰਦ ਨਹੀਂ ਕਰੋਗੇ, ਪ੍ਰਾਰਥਨਾ ਕਰਨਾ ਛੱਡੋਗੇ ਨਹੀਂ, ਬਾਈਬਲ ਰੀਡਿੰਗ ਕਰਨਾ ਬੰਦ ਨਹੀਂ ਕਰੋਗੇ, ਤਾਂ ਲਿਖਿਆ ਉਹੀ ਤੁਹਾਡੀਆਂ ਜਿਹੜੀਆਂ ਪ੍ਰੀਖਿਆਵਾਂ ਆ, ਉਹੀ ਤੁਹਾਡੇ ਉੱਪਰ ਜਿਹੜੇ ਪਰਤਾਵੇ ਆ, ਇਹ ਤੁਹਾਡੇ ਅੰਦਰ ਇੱਕ ਤਰੀਕੇ ਦਾ ਧੀਰਜ ਨੂੰ ਪੈਦਾ ਕਰਨਗੀਆਂ। ਕਿੰਨਿਆਂ ਨੂੰ ਸਮਝ ਆ ਰਹੀ ਆ, ਧੀਰਜ ਪ੍ਰਾਪਤ ਜਿਸ ਵਿਅਕਤੀ ਨੇ ਕਰ ਲਿਆ ਆਤਮਾ ਦਾ ਫਲ, ਮੈਂ ਤੁਹਾਨੂੰ ਦੱਸਦਾ ਉਹ ਸਵਰਗ ਤੱਕ ਪਹੁੰਚ ਸਕਦਾ, ਉਹ ਰੁਕ ਨਹੀਂ ਸਕਦਾ। ਹੁਣ ਤੁਸੀਂ ਦੇਖੋ ਧੀਰਜ ਨੂੰ ਪ੍ਰਾਪਤ ਕਰਨ ਦੇ ਲਈ, ਆਤਮਾ ਦਾ ਫਲ ਆਪਣੇ ਅੰਦਰ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਤੇ ਮੈਨੂੰ ਦੁੱਖਾਂ ਚੋਂ ਵੀ ਲੰਘਣਾ ਪਏਗਾ, ਪਰੇਸ਼ਾਨੀਆਂ ਚੋਂ ਵੀ ਲੰਘਣਾ ਪਏਗਾ, ਕਿਉਂਕਿ ਬਾਈਬਲ ਤੁਹਾਨੂੰ ਤੇ ਮੈਨੂੰ ਕਹਿੰਦਾ, ਜੋ ਤੁਸੀਂ ਤੇ ਮੈਂ ਪੜ੍ਹਿਆ, ਕਹਿੰਦਾ ਜਿਹੜੀਆਂ ਪ੍ਰੀਖਿਆਵਾਂ ਆ ਇਹਦੇ ਵਿੱਚੋਂ ਲੰਘ ਕੇ ਹੀ ਬੰਦੇ ਦੇ ਅੰਦਰ ਇੱਕ ਧੀਰਜ ਪੈਦਾ ਹੁੰਦਾ, ਪੇਸ਼ੈਂਸ ਪੈਦਾ ਹੁੰਦਾ, ਸਬਰ ਉਹਨੂੰ ਆਉਂਦਾ। ਜੇ ਉਹ 1,000 ਰੁਪਇਆ ਕਮਾ ਰਿਹਾ ਤਾਂ ਉਹਨੂੰ 1,000 ਰੁਪਏ 'ਚ ਸਬਰ ਹੋਣਾ ਚਾਹੀਦਾ, ਜੇ ਉਹ 1,00,000 ਰੁਪਇਆ ਕਮਾ ਰਿਹਾ ਤਾਂ ਉਹਨੂੰ 1,00,000 ਰੁਪਏ 'ਚ ਸਬਰ ਹੋਣਾ ਚਾਹੀਦਾ। ਕਿੰਨਿਆਂ ਨੂੰ ਸਮਝ ਆ ਰਹੀ, ਕਈ ਵਾਰ ਇੱਦਾਂ ਹੁੰਦਾ ਕਿ ਮਨੁੱਖ ਬਹੁਤੇ ਨੂੰ ਪੈਂਦਾ ਥੋੜ੍ਹੇ ਤੋਂ ਵੀ ਜਾਂਦਾ, ਉਹ ਉਦੋਂ ਹੁੰਦਾ ਜਦੋਂ ਖੁਦਾਬੰਦ ਤੋਂ ਦੂਰ ਹੋ ਕੇ ਜਾਂਦਾ, ਖੁਦਾਬੰਦ ਨੂੰ ਛੱਡ ਕੇ ਜਾਂਦਾ, ਬਾਈਬਲ ਨੂੰ ਛੱਡ ਕੇ ਜਾਂਦਾ, ਉਹਦੀ ਵਰਸ਼ਿਪ ਨੂੰ ਛੱਡ ਕੇ ਜਾਂਦਾ, ਉਹ ਫਿਰ ਬਹੁਤੇ ਨੂੰ ਪੈਂਦਾ ਆ ਤੇ ਥੋੜ੍ਹੇ ਤੋਂ ਵੀ ਹੱਥ ਗਵਾ ਬੈਠਦਾ।
ਲਿਖਿਆ ਜੋ ਤੁਸੀਂ ਜਾਣਦੇ ਆ ਵੀ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ ਜਿਹੜਾ ਤੁਹਾਡਾ ਵਿਸ਼ਵਾਸ ਆ ਉਹਦੀ ਪ੍ਰੀਖਿਆ ਹੋ ਰਹੀ ਆ, ਪਰ ਜੇ ਤੁਸੀਂ ਉਹ ਚ ਖਰੇ ਉਤਰੇ ਤਾਂ ਲਿਖਿਆ ਫਿਰ ਧੀਰਜ ਤੁਹਾਡੇ ਅੰਦਰ ਉਹ ਬਣਾਉਂਦੀ ਆ। ਲਿਖਿਆ ਧੀਰਜ ਦੇ ਕੰਮਾਂ ਨੂੰ ਪੂਰਾ ਹੋਣ ਲੈਣ ਦਿਓ, ਧੀਰਜ ਦੇ ਕੰਮਾਂ ਨੂੰ ਪੂਰਾ ਹੋ ਲੈਣ ਦਿਓ ਵੀ ਤੁਸੀਂ ਸਿੱਧ ਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ। ਬੋਲੋ ਹਾਲੇਲੂਇਆ। ਕਿੰਨਿਆਂ ਨੂੰ ਸਮਝ ਆਇਆ? ਸਮਝ ਆਇਆ? ਲਿਖਿਆ ਕਹਿੰਦਾ ਧੀਰ ਜਿਹੜੀ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ ਹੋ ਰਹੀ ਆ, ਕਿਤੇ ਵੀ ਤੁਹਾਡੀ ਪ੍ਰੀਖਿਆ ਹੋ ਰਹੀ, ਜਿਹੜੇ ਕੰਮ ਤੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ ਉਹੀ ਕੰਮ ਤੁਹਾਡੇ ਸਾਹਮਣੇ ਆਵੇ, ਉਹੀ ਪਾਪ ਤੁਹਾਡੇ ਸਾਹਮਣੇ ਆਵੇ, ਉਹੀ ਬੁਰਾਈ ਉਹੀ ਗੈਰ ਰਿਸ਼ਤੇ ਤੁਹਾਡੇ ਸਾਹਮਣੇ ਆਉਣ, ਤੇ ਲਿਖਿਆ ਜਦੋਂ ਤੁਸੀਂ ਉੱਤੇ ਫਤਿਹ ਪਾਉਂਦੇ ਆ ਤੇ ਉਹ ਤੁਹਾਡੇ ਅੰਦਰ ਧੀਰਜ ਬਣਾਉਂਦੀ ਹੈ, ਇੱਕ ਆਤਮਾ ਦਾ ਫਲ ਤੁਹਾਡੇ ਅੰਦਰ ਪੈਦਾ ਕਰਦੀ ਹੈ। ਹਾਲੇਲੂਇਆ, ਹਾਲੇਲੂਇਆ। ਉਹ ਤੁਹਾਡੇ ਅੰਦਰ ਧੀਰਜ ਨੂੰ ਬਣਾਉਂਦੀ ਹੈ। ਔਰ ਲਿਖਿਆ ਕਹਿੰਦਾ ਤੇ ਧੀਰਜ ਦੇ ਕੰਮਾਂ ਨੂੰ ਫਿਰ ਪੂਰਾ ਹੋ ਲੈਣ ਦਿਓ, ਜੋ ਸਬਰ ਦੇ ਦੁਆਰਾ ਤੁਸੀਂ ਖੁਦਾਵੰਦ ਦੇ ਲਈ ਕੰਮ ਕਰਦੇ ਹੋ ਜਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ, ਕਹਿੰਦਾ ਧੀਰਜ ਦੇ ਕੰਮਾਂ ਨੂੰ ਪੂਰਾ ਹੋ ਲੈਣ ਦਿਓ ਬਈ ਫਿਰ ਉਹਨੇ ਤੁਹਾਨੂੰ ਕੀ ਕਰ ਦੇਣਾ ਹੈ? ਸਿੱਧ ਬਣਾ ਦੇਣਾ ਹੈ। ਸਮਝ ਰਹੇ ਹੋ? ਸਿੱਧ ਸਮਝਦੇ ਹੋ? ਖੁਦਾ ਦੀ ਨਜ਼ਰਾਂ ਦੇ ਵਿੱਚ ਪਰਫੈਕਟ ਬੰਦਾ, ਖੁਦਾਵੰਦ ਦੇ ਦਿਲ ਨੂੰ ਚੰਗਾ ਲੱਗਣ ਵਾਲਾ ਮਨੁੱਖ। ਕਹਿੰਦਾ ਜਿਹੜਾ ਧੀਰਜ ਆ ਇਹ ਤੁਹਾਨੂੰ ਫਿਰ ਸਿੱਧ ਬਣਾ ਦੇਗਾ, ਤੁਹਾਨੂੰ ਕੰਪਲੀਟ ਵੀ ਕਰ ਦੇਗਾ, ਸੰਪੂਰਨ ਬਣਾ ਦੇਗਾ, ਤੇ ਲਿਖਿਆ ਫਿਰ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਾ ਆਤਮਕ ਰੀਤੀ ਦਾ ਘਾਟਾ ਹੋਵੇਗਾ, ਨਾ ਸੰਸਾਰਕ ਰੀਤੀ ਦਾ ਘਾਟਾ ਹੋਵੇਗਾ, ਨਾ ਸਰੀਰਕ ਪੱਖੋਂ ਕਿਸੇ ਗੱਲ ਦਾ ਘਾਟਾ ਹੋਵੇਗਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਸਾਰਾ ਚਰਚ ਬੋਲੇ ਆਮੇਨ, ਹਾਲੇਲੂਇਆ। ਕਹਿੰਦਾ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਏਗਾ ਅਗਰ ਆਤਮਾ ਦਾ ਫਲ ਇਹ ਧੀਰਜ ਆ ਜੋ ਤੁਹਾਡੇ ਅੰਦਰ ਆ ਜਾਵੇ, ਅੰਦਰ ਬਣ ਜਾਵੇ। ਕਿੰਨੇ ਫਲ ਹੈ ਆਤਮਾ ਦੇ? ਕਿੰਨੇ ਫਲ ਹੈ? ਤੁਸੀਂ ਹਲੇ ਇੱਕ ਦੇ ਬਾਰੇ ਪੜ੍ਹਦੇ ਪਏ ਆ, ਸੁਣਦੇ ਪਏ ਆ, ਤੁਸੀਂ ਦੇਖੋ ਜੇ ਨੌ ਤੁਹਾਡੇ ਅੰਦਰ ਆ ਜਾਣ, ਇੱਕ ਨੇ ਦੇਖ ਲਓ ਤੁਹਾਨੂੰ ਕਿੰਨਾ ਤੁਹਾਡਾ ਵਿਸ਼ਵਾਸ ਵਧਾ ਦਿੱਤਾ। ਕਹਿੰਦਾ ਅਗਰ ਧੀਰਜ ਤੁਹਾਡੇ ਅੰਦਰ ਪੈਦਾ ਹੋ ਗਿਆ ਤੇ ਧੀਰਜ ਦੇ ਕੰਮਾਂ ਨੂੰ ਕਹਿੰਦਾ ਉਹਨੂੰ ਪੂਰਾ ਹੋ ਲੈਣ ਦਿਓ, ਇਹ ਤੁਹਾਨੂੰ ਫਿਰ ਸਿੱਧ ਬਣਾ ਦੇਗਾ, ਇਹ ਤੁਹਾਨੂੰ ਸਿੱਧ ਬਣਾ ਦੇਗਾ ਤੇ ਸੰਪੂਰਨ ਵੀ ਬਣਾ ਦੇਗਾ, ਕੰਪਲੀਟ ਕਰ ਦੇਗਾ ਜਿੱਦਾਂ ਦਾ ਖੁਦਾ ਚਾਹੁੰਦਾ ਇੱਕ ਮਨੁੱਖ। ਤੇ ਫਿਰ ਕਹਿੰਦਾ ਕਿਸੇ ਵੀ ਗੱਲ ਦਾ ਘਾਟਾ, ਕਿਸੇ ਵੀ ਗੱਲ ਦਾ ਘਾਟਾ, ਰਜਿੰਦਰ ਭਾਈ, ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਵੇਗਾ। ਫਿਰ ਜੇ ਧੀਰਜ ਤੁਹਾਡੇ ਅੰਦਰ ਪੈਦਾ ਹੋ ਗਿਆ, ਜੇ ਸਬਰ ਤੁਹਾਡੇ ਅੰਦਰ ਆ ਗਿਆ, ਜੇ ਸਬਰ ਦੇ ਨਾਲ ਤੁਸੀਂ ਖੁਦਾ ਦੇ ਵਿੱਚ ਅੱਗੇ, ਅੱਜ ਹੀ ਪਵਿੱਤਰ ਆਤਮਾ ਮਿਲ ਜਾਏ। ਮੈਂ ਤੁਹਾਨੂੰ ਦੇਖਦਾ ਤੁਸੀਂ ਬਹੁਤ ਅੱਛੇ ਆ, ਮੈਂ ਤੁਹਾਨੂੰ ਦੇਖਦਾ ਤੁਸੀਂ ਦੁਆ ਕਰਨ ਵਾਲੇ, ਮੈਂ ਤੁਹਾਨੂੰ ਦੇਖਦਾ ਤੁਸੀਂ ਬਾਈਬਲ ਪੜ੍ਹਨ ਵਾਲੇ ਆ, ਪਰ ਪਵਿੱਤਰ ਆਤਮਾ ਨਹੀਂ ਪਾਇਆ। ਤੁਸੀਂ ਦਾਨ ਕਰਨ ਵਾਲੇ ਆ, ਚਰਚ ਦੀਆਂ ਜ਼ਰੂਰਤਾਂ ਦੇ ਵੱਲ ਧਿਆਨ ਦੇਣ ਵਾਲੇ, ਅਨਾਊਂਸਮੈਂਟਸ ਨੂੰ ਧਿਆਨ ਨਾਲ ਸੁਣ ਕੇ ਉਹਨੂੰ ਪੂਰਾ ਕਰਨ ਵਾਲੇ ਆ, ਪਰ ਖੁਦਾ ਕੀ ਦੇਖਦਾ? ਖੁਦਾ ਦਿਲ ਦੇਖਦਾ। ਕੀ ਦੇਖਦਾ? ਦਿਲ ਦੇਖਦਾ, ਜੋ ਮਨੁੱਖ ਨੂੰ ਨਹੀਂ ਦੇਖਦਾ। ਤੁਸੀਂ ਬਹੁਤ ਅੱਛੀ ਆਵਾਜ਼ ਦੇ ਵਿੱਚ ਬੋਲ ਸਕਦੇ ਹੋ, ਤੁਸੀਂ ਬਹੁਤ ਅੱਛੀ ਗੱਲਬਾਤ ਕਰ ਸਕਦੇ ਹੋ, ਬਹੁਤ ਅੱਛੀ ਤੁਸੀਂ ਕਾਉਂਸਲਿੰਗ ਕਰ ਸਕਦੇ ਹੋ, ਅਟੈਂਡਿੰਗ ਤੁਹਾਡੇ ਅੰਦਰ ਬਹੁਤ ਅੱਛੀ ਆ, ਪਰ ਖੁਦਾ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਖੁਦਾ ਦਿਲ ਦੇਖਦਾ। ਕੀ ਦੇਖਦਾ? ਦਿਲ ਦੇਖਦਾ। ਜਿਸ ਦਿਨ ਦਿਲ ਖੁੱਲ ਗਿਆ ਨਾ ਖੁਦਾ ਦੇ ਲਈ, ਤੇ ਸਮਝ ਲਓ ਕਿ ਉਸੇ ਦਿਨ ਆਸ਼ੀਸ਼ ਤੁਹਾਡੇ ਉੱਪਰ ਆ ਜਾਏਗੀ। ਸਾਰਾ ਚਰਚ ਬੋਲੇ, ਉਸੇ ਦਿਨ ਪਵਿੱਤਰ ਆਤਮਾ ਮਿਲ ਜਾਏਗਾ। ਮੈਂ ਤੁਹਾਨੂੰ ਦੱਸਿਆ ਪਵਿੱਤਰ ਆਤਮਾ ਪਾਉਣਾ ਬਹੁਤ ਔਖਾ ਨਹੀਂ ਆ, ਪਰ ਇਹ ਬਹੁਤ ਸੌਖਾ ਵੀ ਨਹੀਂ ਆ।
ਬਹੁਤ ਔਖਾ ਇਸ ਲਈ ਨਹੀਂ ਆ ਕਿ ਜਦੋਂ ਤੁਸੀਂ ਬਾਈਬਲ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਮਾਫ ਕਰਨਾ ਸ਼ੁਰੂ ਕਰ ਦਿੱਤਾ, ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੰਸਾਰਕ ਕੰਮਾਂ ਨੂੰ, ਲੜਾਈ ਝਗੜੇ ਦੀਆਂ ਗੱਲਾਂ ਨੂੰ, ਰਿਸ਼ਤਿਆਂ ਨੂੰ ਖਰਾਬ ਕਰਨ ਵਾਲੀਆਂ ਗੱਲਾਂ ਨੂੰ, ਜਦੋਂ ਇਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ, ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਜਦੋਂ ਆਪਣੇ ਜੀਵਨ ਦੀ ਚੌਕਸੀ ਕਰਨੀ ਸ਼ੁਰੂ ਕਰ ਦਿੱਤੀ, ਮੈਂ ਸਹੀ ਜਾ ਰਿਹਾ, ਮੈਂ ਸਹੀ ਰੁਕ ਰਿਹਾ, ਮੈਂ ਸਹੀ ਜਗ੍ਹਾ 'ਤੇ ਬੈਠ ਰਿਹਾ, ਮੈਂ ਸਹੀ ਜਗ੍ਹਾ 'ਤੇ ਖੜ੍ਹਾ ਹੋ ਰਿਹਾ, ਜਦੋਂ ਤੁਸੀਂ ਇੱਦਾਂ ਆਪਣੀ ਜ਼ਿੰਦਗੀ ਦੀ ਚੌਕਸੀ ਕਰਨ ਲੱਗ ਗਏ ਤਾਂ ਸਮਝ ਲੈਣਾ ਕਿ ਤੁਸੀਂ ਤਿਆਰ ਹੋ ਗਏ ਆ ਖੁਦਾਵੰਦ ਦੀ ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ। ਸਾਰਾ ਚਰਚ ਬੋਲੇ, ਪਰ ਬਹੁਤੇ ਕ੍ਰਿਸਚਨ ਲੋਕ ਆ ਜਿਹੜੇ ਇੱਦਾਂ ਚੱਲਦੇ, ਜਿੱਥੇ ਮਰਜ਼ੀ ਖੜ ਗਏ ਕੋਈ ਫਰਕ ਨਹੀਂ ਪੈਂਦਾ, ਥੋੜ੍ਹਾ ਹਾਸਾ ਠੱਠਾ ਮਜ਼ਾਕ ਵੀ ਕਰ ਲਿਆ ਕੋਈ ਫਰਕ ਨਹੀਂ ਪੈਂਦਾ, ਪਰ ਫਰਕ ਤੁਹਾਨੂੰ ਉਦਣ ਪਤਾ ਲੱਗੇਗਾ ਜਿੱਦਣ ਪਵਿੱਤਰ ਆਤਮਾ ਉਤਰਿਆ ਹੀ ਨਹੀਂ, ਜਿਸ ਦਿਨ ਆਸ਼ੀਸ਼ ਮਿਲਣੀ ਬੰਦ ਹੋ ਗਈ, ਜਿਸ ਦਿਨ ਅਨੁਗ੍ਰਹਿ ਹੋਣਾ ਬੰਦ ਹੋ ਗਿਆ, ਜਿਸ ਦਿਨ ਡਿਵਾਈਨ ਹੈਲਪਰ ਆਉਣੇ ਬੰਦ ਹੋ ਗਏ, ਤੁਹਾਨੂੰ ਪਤਾ ਉਦਣ ਲੱਗਣਾ, ਅੱਜ ਨਹੀਂ ਪਤਾ ਲੱਗਦਾ। ਜਿੱਥੇ ਮਰਜ਼ੀ ਖੜ ਜਾਓ, ਜਿੱਥੇ ਮਰਜ਼ੀ ਬੈਠ ਜਾਓ, ਜੋ ਮਰਜ਼ੀ ਕਰ ਲਓ, ਕੋਈ ਦਿੱਕਤ ਨਹੀਂ, ਪਰ ਦਿੱਕਤ ਤੁਹਾਨੂੰ ਉਦੋਂ ਹੋਏਗੀ ਜਦੋਂ ਨਿਆਂ ਵਾਲੀ ਲਾਈਨ ਦੇ ਵਿੱਚ ਲੱਗੇ ਹੋਵੋਗੇ। ਕਿੰਨਿਆਂ ਨੂੰ ਸਮਝ ਆ ਰਹੀ? ਕਹਿੰਦਾ ਅਗਰ ਸਬਰ ਤੁਹਾਡੇ ਅੰਦਰ ਪੈਦਾ ਹੋ ਜਾਂਦਾ ਤਾਂ ਉਹ ਤੁਹਾਨੂੰ ਫਿਰ ਸਿੱਧ ਬਣਾ ਦੇਗਾ, ਉਹ ਤੁਹਾਨੂੰ ਸੰਪੂਰਨ ਬਣਾ ਦੇਗਾ, ਔਰ ਜਦੋਂ ਤੁਸੀਂ ਸਿੱਧ ਅਤੇ ਸੰਪੂਰਨ ਬਣ ਗਏ ਤਾਂ ਬਾਈਬਲ ਕਹਿੰਦਾ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਵੇਗਾ। ਸਾਰਾ ਚਰਚ ਬੋਲੇ, ਸਾਰਾ ਚਰਚ ਬੋਲੇ। ਪਹਿਲਾਂ ਕੁਰੰਥੀਆਂ ਦਾ ਪੁਸਤਕ ਉਹਦਾ 13 ਨੰਬਰ ਅਧਿਆਇ ਖੋਲੀਏ ਮੇਰੇ ਨਾਲ। ਪਹਿਲਾਂ ਕੁਰੰਥੀਆਂ ਦਾ ਪੁਸਤਕ ਉਹਦਾ 13 ਨੰਬਰ ਅਧਿਆਇ ਉਹਦਾ 3 ਔਰ 4 ਨੰਬਰ ਪੰਕਤੀ। ਜੇ ਤੁਹਾਡਾ ਮਸੀਹ ਦੇ ਨਾਲ ਪਿਆਰ ਨਹੀਂ ਆ, ਉਹਦੀ ਹਜ਼ੂਰੀ ਦੇ ਨਾਲ ਪਿਆਰ ਨਹੀਂ ਆ, ਚਰਚ ਦੇ ਨਾਲ ਪਿਆਰ ਨਹੀਂ ਆ, ਪ੍ਰੇਅਰਸ ਦੇ ਟਾਈਮ ਦੇ ਨਾਲ ਪਿਆਰ ਨਹੀਂ ਆ, ਬਾਈਬਲ ਰੀਡਿੰਗ ਕਰਨ ਦੇ ਟਾਈਮ ਦੇ ਨਾਲ ਤੁਹਾਨੂੰ ਪਿਆਰ ਨਹੀਂ ਆ, ਤੇ ਯਾਦ ਰੱਖੋ ਮੇਰੀ ਗੱਲ, ਤੁਹਾਡੇ ਅੰਦਰ ਧੀਰਜ ਪੈਦਾ ਨਹੀਂ ਹੋ ਸਕਦਾ, ਆਤਮਾ ਦਾ ਫਲ ਤੁਹਾਡੇ ਅੰਦਰ ਠਹਿਰ ਨਹੀਂ ਸਕਦਾ ਅਗਰ ਤੁਹਾਡੇ ਅੰਦਰ ਪ੍ਰੇਮ ਨਹੀਂ ਆ। ਪਹਿਲਾਂ ਕੁਰੰਥੀਆਂ ਦਾ ਪੁਸਤਕ ਉਹਦਾ 13 ਨੰਬਰ ਅਧਿਆਇ ਉਹਦਾ 3 ਔਰ 4 ਨੰਬਰ ਪੰਕਤੀ ਨੂੰ ਮੈਂ ਪੜ੍ਹਨ ਲੱਗਾ, ਤੁਸੀਂ ਸੁਣੋ। ਲਿਖਿਆ, ਭਾਵੇਂ ਮੈਂ ਆਪਣਾ ਸਾਰਾ ਮਾਲ ਖਵਾਉਣ ਦੇ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਦੇ ਲਈ ਦੇ ਦਿਆਂ, ਪਰ ਜੇ ਕਹਿੰਦਾ ਪ੍ਰੇਮ ਨਾ ਰੱਖਾਂ ਤਾਂ ਕੁਝ ਵੀ ਲਾਭ, ਦਾਨ ਕੀਤੇ ਦਾ ਕੋਈ ਲਾਭ ਨਹੀਂ ਆ, ਸਰੀਰ ਨੂੰ ਤੰਗੀ ਦੇਣ ਦਾ, ਰੋਜੇ ਰੱਖਣ ਦਾ ਕੋਈ ਵੀ ਲਾਭ ਨਹੀਂ ਆ। ਕਹਿੰਦਾ ਪ੍ਰੇਮ ਧੀਰਜਵਾਨਿਆਂ ਤੇ ਕਿਰਪਾਲੂ ਹੈ, ਪ੍ਰੇਮ ਧੀਰਜਵਾਨਿਆਂ ਤੇ ਕਿਰਪਾਲੂ ਆ। ਹਾਲੇਲੂਇਆ! ਕਿੰਨਿਆਂ ਨੂੰ ਸਮਝ ਆ ਰਹੀ ਹੈ? ਜੇ ਪਿਆਰ ਨਹੀਂ ਆ ਤਾਂ ਤੁਹਾਡੇ ਅੰਦਰ ਧੀਰਜ ਵੀ ਪੈਦਾ ਨਹੀਂ ਹੋ ਸਕਦਾ। ਤੁਸੀਂ ਕਹੋਗੇ ਤਾਂ ਸਹੀ, ਮੈਂ ਆਤਮਾ ਨੂੰ ਪਾ ਲਿਆ ਆ, ਪਰ ਆਤਮਾ ਦੇ ਫਲਾਂ ਨੂੰ ਕਦੋਂ ਪ੍ਰਾਪਤ ਕਰਨਾ? ਆਤਮਾ ਨੂੰ ਪ੍ਰਾਪਤ ਕਰ ਲਿਆ, ਗੁੱਡ, ਅੱਛੀ ਗੱਲ ਹੈ। ਉਸ ਤੋਂ ਬਾਅਦ ਤੁਹਾਡੇ ਅੰਦਰ ਆਤਮਾ ਦੇ ਫਲ ਨਜ਼ਰ ਆਉਣੇ ਚਾਹੀਦੇ ਆ, ਇਹ ਵਰਕ ਕਰਦੇ ਹੋਣੇ ਚਾਹੀਦੇ ਆ। ਕਹਿੰਦਾ ਧੀਰਜ ਦੇ ਕੰਮ ਨੂੰ, ਕਹਿੰਦਾ ਅੱਗੇ ਵਧਣ ਦਿਓ, ਉਹਨੂੰ ਕੰਮ ਹੋਣ ਦਿਓ ਜੋ ਕਰ ਰਿਹਾ ਹੈ, ਧੀਰਜ ਦੇ ਦੁਆਰਾ ਹੋ ਰਿਹਾ ਆ। ਕਹਿੰਦਾ ਉਹੀ ਤੁਹਾਨੂੰ ਸਿੱਧ ਬਣਾਏਗਾ। ਔਰ ਇੱਥੇ ਬਾਈਬਲ ਆਖਦਾ ਇੱਕ ਥਾਂ ਤੇ, ਕਹਿੰਦਾ ਜੇ ਪਿਆਰ ਤੁਹਾਡੇ ਵਿੱਚ ਨਹੀਂ ਆ ਤੇ ਤੁਹਾਨੂੰ ਕਿਸੇ ਵੀ ਗੱਲ ਤੋਂ ਲਾਭ ਨਹੀਂ ਪ੍ਰਾਪਤ ਹੋ ਸਕਦਾ, ਚਾਹੇ ਚਰਚ ਦੇ ਅੰਦਰ ਹੈ ਤੇ ਚਾਹੇ ਚਰਚ ਦੇ ਬਾਹਰ ਹੈ, ਤੁਹਾਨੂੰ ਕਿਸੇ ਵੀ ਰੀਤੀ ਦੇ ਨਾਲ ਲਾਭ ਨਹੀਂ ਪ੍ਰਾਪਤ ਹੋ ਸਕਦਾ। ਕਹਿੰਦਾ ਕਿਉਂਕਿ ਜਿਹੜਾ ਪਿਆਰ ਆ ਉਹ ਧੀਰਜਵਾਨ ਹੈ। ਪਿਆਰ ਦੇ ਨਾਲ ਤੁਸੀਂ ਆਤਮਕ ਫਲ ਨੂੰ ਆਪਣੇ ਅੰਦਰ ਪੈਦਾ ਕਰ ਸਕਦੇ ਆ, ਪਿਆਰ ਦੇ ਦੁਆਰਾ। ਪਿਆਰ ਦੇ ਦੁਆਰਾ ਤੁਸੀਂ ਆਪਣੇ ਅੰਦਰ ਧੀਰਜ ਨੂੰ ਪੈਦਾ ਕਰ ਸਕਦੇ ਆ, ਬਣਾ ਕੇ ਰੱਖ ਸਕਦੇ ਆ। ਬੋਲੋ ਹਾਲੇਲੂਇਆ! ਔਰ ਧੀਰਜ ਜਿਹੜਾ ਆ ਤੁਹਾਨੂੰ ਕਿਰਪਾ ਦੇ ਹੇਠ ਲੈ ਕੇ ਆਉਂਦਾ ਆ। ਸਾਰਾ ਚਰਚ ਬੋਲੇ ਹਾਲੇਲੂਇਆ! ਕਹਿੰਦਾ ਪਿਆਰ
जे तुहाडे अंदर है ते ओ तुहाडे अंदर धीरज बना देगा और धीरज दे नाल नाल तुसी कृपा दे भी हेठ आ जाओगे। किन्नियां नूं समझ आ रही है? नेक्स्ट वर्स मेरे नाल ओपन करिए जरा, संत लूका दा अंजील ओदा 21 नंबर अध्याय। अगर धीरज जो कि पवित्र आत्मा का फल है तुहाडे अंदर अगर पैदा हो जाता है तो तुसी देखो की कर सकते, तुसी कुछ कर सकते। लूका दा अंजील उहदा 21 नंबर अध्याय उहदा 15 नंबर पंक्ति तो मैं पढ़ता, तुसी सुनना बड़े ध्यान दे नाल। सब नूं मिल गया? लूका दा अंजील उहदा 21 नंबर अध्याय उहदा 15 नंबर पंक्ति लिखिया, क्यों जो मैं तुहानूं इहो जिहा मूंह अते बुद्ध देंगा जिहदा तुहाडे सारे विरोधी सामना या खंडन ना कर सकणगे। बोलो हालेलुया, हालेलुया, हालेलुया। पंद्रह नंबर पंक्ति जिदा लिखा कहिंदा, क्यों जो मैं तुहानूं इहो जिहा मूंह अते बुद्ध देंगा जिहदा तुहाडे सारे विरोधी सामना ते खंडन। कोई भी तुहाडे सामने खड़ा नहीं रह सकता, खुदा तुहानूं इदां दा मूंह देगा और मूंह च शब्द भी इदां दे पाएगा, ਤੁਹਾਡੇ ਦਿਲ ਨੂੰ ਇੱਦਾਂ ਭਰ ਦੇਗਾ ਉਹ ਵਚਨਾਂ ਦੇ ਨਾਲ, ਅੱਗ ਦੇ ਨਾਲ, ਉਹ ਸਮਝਦਾਰੀ ਦੀਆਂ ਗੱਲਾਂ ਦੇ ਨਾਲ, ਕੋਈ ਤੁਹਾਡਾ ਸਾਹਮਣਾ ਨਹੀਂ ਕਰ ਸਕਦਾ। ਲਿਖਿਆ, ਅਤੇ ਮਾਂ ਪਿਓ ਅਤੇ ਭਾਈ ਅਰ ਸਾਕ ਅਰ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਮੇਰੇ ਨਾਮ ਦੇ ਖਾਤਿਰ, ਕਹਿੰਦਾ, ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ, ਪਰ ਮੇਰੇ ਨਾਮ ਦੇ ਕਰਕੇ ਸਭ ਲੋਕ ਤੁਹਾਡੇ ਨਾਲ ਕੀ ਰੱਖਣਗੇ, ਕੀ ਰੱਖਣਗੇ? ਵੈਰ ਰੱਖਣਗੇ। ਕਹਿੰਦਾ, ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ। ਕਹਿੰਦਾ, ਆਪਣੇ ਧੀਰਜ ਦੇ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਿਹਦੇ ਨਾਲ? ਤਲਵਾਰ ਦੇ ਨਾਲ, ਬੰਦੂਕ ਦੇ ਨਾਲ, ਮੂੰਹ ਦੀਆਂ ਗੱਲਾਂ ਦੇ ਨਾਲ, ਕਾਹਦੇ ਨਾਲ? ਕਹਿੰਦਾ, ਜਿਹੜਾ ਆਤਮਾ ਦਾ ਫਲ ਧੀਰਜ ਤੁਹਾਡੇ ਅੰਦਰ ਆ, ਤੁਸੀਂ ਉਹਦੇ ਨਾਲ ਕੀ ਕਰੋਗੇ? ਆਪਣੀਆਂ ਜਾਨਾਂ ਨੂੰ ਕਮਾਓਗੇ, ਤੁਸੀਂ ਬਚਾਓਗੇ ਆਪਣੀਆਂ ਜਾਨਾਂ। ਬਚਾਉਣ ਦਾ ਮਤਲਬ ਸਮਝਦੇ? ਸਵਰਗ ਤੱਕ ਲੈ ਕੇ ਜਾਣਾ, ਆਪਣੀ ਆਤਮਾ ਨੂੰ ਸਵਰਗ ਤੱਕ ਲੈ ਕੇ ਜਾਣਾ। ਕਮਾਉਣ ਦਾ ਮਤਲਬ ਇਹ ਆ, ਬਚਾਉਣ ਦਾ ਮਤਲਬ ਇਹ ਆ, ਕਾਹਦੇ ਨਾਲ? ਧੀਰਜ ਦੇ ਨਾਲ। ਆਤਮਾ ਦਾ ਫਲ ਆ ਧੀਰਜ। ਕਹਿੰਦਾ, ਤੁਸੀਂ ਧੀਰਜ ਦੇ ਨਾਲ ਆਪਣੇ ਜਾਨ ਨੂੰ ਕਮਾਓਗੇ, ਆਪਣੀ ਜ਼ਿੰਦਗੀ ਨੂੰ ਕਮਾਓਗੇ। ਪਰ ਜੇ ਤੁਹਾਡੇ ਅੰਦਰ ਧੀਰਜ ਨਹੀਂ ਆ, ਸਬਰ ਨਹੀਂ ਆ, ਤੇ ਤੁਸੀਂ ਜਾਨ ਨੂੰ ਕਮਾ ਨਹੀਂ ਸਕਦੇ, ਬਚਾ ਨਹੀਂ ਸਕਦੇ, ਸਿੱਧ ਨਹੀਂ ਹੋ ਸਕਦੇ, ਸੰਪੂਰਨ ਨਹੀਂ ਬਣ ਸਕਦੇ, ਫੁਲਫਿਲ ਨਹੀਂ ਹੋ ਸਕਦੇ। ਕਹਿੰਦਾ, ਜੇ ਸਬਰ ਤੁਹਾਡੇ ਅੰਦਰ ਆ ਤੇ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋ ਸਕਦਾ, ਪਰ ਜੇ ਸਬਰ ਤੁਹਾਡੇ ਅੰਦਰ ਨਹੀਂ ਆ ਤੇ ਤੁਸੀਂ ਫੁਲਫਿਲ ਨਹੀਂ ਹੋ ਸਕਦੇ, ਭਰਪੂਰ ਨਹੀਂ ਹੋ ਸਕਦੇ। ਲਿਖਿਆ, ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਏਗਾ ਅਗਰ ਧੀਰਜ ਦੇ ਨਾਲ ਤੁਸੀਂ ਆਪਣੇ ਆਪ ਨੂੰ ਸਿੱਧ ਬਣਾਇਆ ਹੋਇਆ। ਕੋਈ ਇੱਕ ਦਿਨ 'ਚ ਆਤਮਕ ਨਹੀਂ ਬਣਦਾ, ਪਰ ਜੇ ਲੱਗਾ ਰਹੇ, ਲੱਗਾ ਰਹੇ, ਲੱਗਾ ਰਹੇ ਤਾਂ ਕਿਸੇ ਇੱਕ ਦਿਨ ਆਤਮਕ ਬਣ ਜਾਏਗਾ। ਸਾਰਾ ਚਰਚ ਬੋਲੇ ਹਾਲੇਲੂਇਆ। ਕਿੰਨਿਆਂ ਨੂੰ ਸਮਝ ਆ ਰਹੀ ਆ ਮੇਰੀਆਂ ਗੱਲਾਂ? ਕਹਿੰਦਾ, ਤੁਸੀਂ ਧੀਰਜ ਦੇ ਨਾਲ ਆਪਣੀਆਂ ਜਾਨਾਂ ਨੂੰ ਕਮਾਓਗੇ। ਕਦੋਂ? ਜਦੋਂ ਵਿਰੋਧ ਕਰਨ ਦਾ ਸਮੇਂ ਹੋ ਤੁਸੀਂ ਵਿਰੋਧ ਨਹੀਂ ਕਰਦੇ, ਜਦੋਂ ਅੱਗੇ ਬੋਲਣ ਦਾ ਸਮੇਂ ਪਰ ਤੁਸੀਂ ਬੋਲ ਨਹੀਂ ਰਹੇ। ਲਿਖਿਆ, ਤੁਹਾਡੇ ਮਾਂ ਬਾਪ, ਤੁਹਾਡੇ ਭੈਣ ਭਰਾ, ਤੁਹਾਡੇ ਸਾਕ ਸੰਬੰਧੀ ਮਿੱਤਰ ਤੁਹਾਨੂੰ ਫੜਵਾ ਦੇਣਗੇ।
ਮੇਰੇ ਨਾਮ ਦੀ ਖਾਤਰ, ਯਿਸੂ ਮਸੀਹ ਕਹਿੰਦੇ ਮੇਰੇ ਨਾਮ ਦੀ ਖਾਤਰ, ਕਿ ਤੂੰ ਕ੍ਰਿਸਚਨ ਆ ਤੇ ਤੂੰ ਬਾਹਰ ਚਲਾ ਜਾ ਸਾਡੇ ਘਰ ਚੋਂ, ਤੂੰ ਸਾਡੇ ਪਰਿਵਾਰ ਦਾ ਹਿੱਸਾ ਨਹੀਂ। ਉਸ ਸਮੇਂ ਕਹਿੰਦਾ ਤੁਸੀਂ ਧੀਰਜ ਦੇ ਨਾਲ ਆਪਣੀਆਂ ਜਾਨਾਂ ਨੂੰ ਕੀ ਕਰੋਗੇ? ਕਮਾਓਗੇ, ਬਚਾਓਗੇ। ਹਾਲੇਲੂਇਆ। ਜੇ ਸਬਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਵਿਰੋਧ ਨਹੀਂ ਕਰ ਸਕਦੇ। ਜੇ ਧੀਰਜ ਦਾ ਜਿਹੜਾ ਆਤਮਾ ਦਾ ਫਲ ਹੈ ਤੁਹਾਡੇ ਅੰਦਰ ਵਰਕ ਕਰ ਰਿਹਾ ਤੇ ਤੁਸੀਂ ਕਿਤੇ ਵੀ ਆਰਗੂਮੈਂਟ ਨਹੀਂ ਕਰੋਗੇ, ਤੁਹਾਨੂੰ ਕਿਤੇ ਵੀ ਕੁਝ ਗਲਤ ਹੁੰਦਾ ਨਜ਼ਰ ਨਹੀਂ ਆਏਗਾ, ਤੁਹਾਨੂੰ ਲੱਗੇਗਾ ਕਿ ਇਹ ਜੋ ਕੁਛ ਹੋ ਰਿਹਾ ਮੇਰੇ ਫਾਇਦੇ ਦੇ ਲਈ ਹੋ ਰਿਹਾ, ਕਿਉਂਕਿ ਪਰਮੇਸ਼ਵਰ ਦੀ ਰਜ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ, ਇੱਕ ਪੱਤਾ ਤੱਕ ਨਹੀਂ ਹਿਲਦਾ। ਜੋ ਕੁਛ ਵੀ ਮੇਰੀ ਜ਼ਿੰਦਗੀ 'ਚ ਹੋ ਰਿਹਾ ਖੁਦਾਵੰਦ ਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ। ਖੁਦਾਵੰਦ ਚਾਹੁੰਦਾ ਕਿ ਇਹਦੇ ਦੁਆਰਾ ਮੇਰੀ ਜੀਵਨ 'ਚ ਪ੍ਰੀਖਿਆ ਆਵੇ ਔਰ ਪ੍ਰੀਖਿਆ ਮੇਰੇ ਅੰਦਰ ਧੀਰਜ ਨੂੰ ਪੈਦਾ ਕਰੇ ਔਰ ਧੀਰਜ ਮੈਨੂੰ ਸਿੱਧ ਬਣਾਵੇ। ਹਾਲੇਲੂਇਆ। ਬਿਨਾਂ ਪ੍ਰੀਖਿਆ ਦੇ ਉਹ ਕਦੀ ਵੀ ਬਰਕਤ ਨਹੀਂ ਦਿੰਦਾ, ਕਦੀ ਵੀ ਆਸ਼ੀਸ਼ ਨਹੀਂ ਦਿੰਦਾ, ਕਦੀ ਵੀ ਅਨੋਇੰਟਡ ਨਹੀਂ ਕਰਦਾ। ਅਗਰ ਤੁਹਾਡੀ ਜ਼ਿੰਦਗੀ 'ਚ ਪ੍ਰੀਖਿਆ ਨਹੀਂ ਆ ਰਹੀ ਤਾਂ ਯਾਦ ਰੱਖਣਾ ਮੇਰੀ ਗੱਲ, ਬਿਨਾਂ ਪ੍ਰੀਖਿਆ ਦੇ ਬਿਨਾਂ ਟੈਸਟ ਦੇ ਤੁਸੀਂ ਅੱਗੇ ਨਹੀਂ ਵੱਧ ਸਕਦੇ। ਇੱਕ ਬੱਚਾ ਐਗਜ਼ਾਮ ਦਿੰਦਾ ਤਾਂ ਹੀ ਪਾਸ ਹੁੰਦਾ, ਫਿਰ ਹੀ ਨੈਕਸਟ ਕਲਾਸ ਦੇ ਵਿੱਚ ਜਾਂਦਾ। ਇਸੇ ਰੀਤੀ ਦੇ ਨਾਲ ਜਦੋਂ ਪ੍ਰਭੂ ਤੁਹਾਡਾ ਟੈਸਟ ਲੈਂਦਾ ਤੁਹਾਨੂੰ ਕਲੀਅਰ ਕਰਨਾ ਜ਼ਰੂਰੀ ਹੈ, ਜਦੋਂ ਪ੍ਰੀਖਿਆ ਲੈਂਦਾ ਹੈ ਤੁਹਾਡੀ ਤੁਹਾਨੂੰ ਪਾਸ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਤੁਸੀਂ ਪਾਸ ਹੁੰਦੇ ਫਿਰ ਹੀ ਤੁਸੀਂ ਨੈਕਸਟ ਲੈਵਲ ਦੀ ਅਨੋਇੰਟਿੰਗ ਦੇ ਉੱਪਰ ਪਹੁੰਚਦੇ ਹਾਂ। ਸਾਰਾ ਚਰਚ ਬੋਲੇ, ਸਾਰਾ ਚਰਚ ਬੋਲੇ, ਹਾਲੇਲੂਇਆ। ਆਈਏ ਮੇਰੇ ਨਾਲ ਨੈਕਸਟ ਵਰਸ, ਉਤਪਤ ਦਾ ਪੁਸਤਕ ਖੋਲੀਏ ਜ਼ਰਾ, ਉਹਦਾ 29 ਨੰਬਰ ਅਧਿਆਇ। ਉਤਪਤ ਦਾ ਪੁਸਤਕ ਉਹਦਾ 29 ਨੰਬਰ ਅਧਿਆਇ। ਐਗਜ਼ਾਮਪਲ ਤੁਹਾਡੇ ਮੇਰੇ ਲਈ ਜਿਹੜਾ ਤੁਸੀਂ ਤੇ ਮੈਂ ਸੁਣਨ ਜਾ ਰਿਹਾ, ਉਤਪਤ ਦਾ ਪੁਸਤਕ ਉਹਦਾ 29 ਨੰਬਰ ਅਧਿਆਇ, ਉਹਦਾ 16 ਨੰਬਰ ਪੰਕਤੀ ਤੋਂ 28 ਨੰਬਰ ਪੰਕਤੀ ਤੱਕ। ਯਾਕੂਬ ਨਾਮ ਦਾ ਇੱਕ ਪਰਸਨ ਸੀਗਾ ਜੋ ਖੁਦਾਵੰਦ ਦੇ ਰਜ਼ਾ ਦੇ ਵਿੱਚ ਚੱਲਣ ਵਾਲਾ ਸੀ। ਔਰ ਉਹਨੇ ਜਦੋਂ ਧੋਖੇ ਦੇ ਨਾਲ ਬਰਕਤ ਪ੍ਰਾਪਤ ਕੀਤੀ, ਉਹਦੇ ਮਾਂ ਦੇ ਕਹਿਣ 'ਤੇ ਜਦੋਂ ਉਹਨੇ ਧੋਖੇ ਦੇ ਨਾਲ ਬਰਕਤ ਨੂੰ ਪ੍ਰਾਪਤ ਕੀਤਾ ਤੇ ਜਦੋਂ ਉਹਦਾ ਭਰਾ ਉਹਦੇ ਵਿਰੋਧ ਦੇ ਵਿੱਚ ਆ ਗਿਆ ਔਰ ਜਦੋਂ ਉਹਨੂੰ ਉਹ ਸ਼ਹਿਰ ਪਿੰਡ ਸਾਰਾ ਕੁਝ ਛੱਡ ਕੇ ਦੂਰ ਜਾਣਾ ਪੈ ਗਿਆ ਔਰ ਉੱਥੇ ਜਦੋਂ ਪਹੁੰਚਿਆ, ਸੁਣੋ ਅੱਗੇ ਜੋ ਪੜਾਂਗੇ ਆਪਾਂ ਤੁਹਾਨੂੰ ਅੱਛੇ ਰੀਤੀ ਨਾਲ ਸਮਝ ਆਏਗਾ। ਜਦੋਂ ਲਾਬਾਨ ਦੇ ਕੋਲ ਪਹੁੰਚਿਆ, ਸੁਣੋ 16 ਨੰਬਰ ਪੰਕਤੀ ਤੋਂ ਮੈਂ ਪੜ੍ਹਦਾ, ਲਿਖਿਆ ਲਾਬਾਨ ਦੀਆਂ ਦੋ ਧੀਆਂ ਸਨ, ਵੱਡੀ ਦਾ ਨਾਂ ਲਿਆ ਸੀ ਔਰ ਨਿੱਕੀ ਦਾ ਨਾਮ ਰਾਖੇਲ ਸੀਗਾ। ਲਿਖਿਆ ਤੇ ਲਿਆ ਦੀਆਂ ਅੱਖਾਂ ਚੁੰਨੀਆਂ ਸੀ ਪਰ ਰਾਖੇਲ ਰੂਪਵੰਤ ਅਤੇ ਵੇਖਣ ਦੇ ਵਿੱਚ ਸੋਹਣੀ ਸੀਗੀ। ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ ਤਾਂ ਉਸ ਆਖਿਆ, ਮੈਂ ਤੇਰੀ ਨਿੱਕੀ ਧੀ ਰਾਖੇਲ ਦੇ ਲਈ 7 ਵਰੇ ਤੇਰੀ ਕੀ ਕਰਾਂਗਾ, ਕੀ ਕਰਾਂਗਾ, 7 ਸਾਲ ਕਹਿੰਦਾ ਮੈਂ ਤੇਰੀ ਟਹਿਲ ਸੇਵਾ ਕਰਾਂਗਾ ਤੇਰੀ ਨਿੱਕੀ ਕੁੜੀ ਦੇ ਲਈ ਜਿਹਦਾ ਨਾਮ ਰਾਖੇਲ ਆ, ਉਹਨੂੰ ਤੂੰ ਮੇਰੇ ਨਾਲ ਵਿਆਹ ਦਮੀ, ਉਹਦੇ ਨਾਲ ਵਿਆਹ ਕਰਨ ਦੇ ਲਈ ਮੈਂ 7 ਸਾਲ ਤੇਰੀ ਸੇਵਾ ਕਰਾਂਗਾ। ਤੇ ਲੜਕੀ ਦਾ ਬਾਪ ਕਹਿੰਦਾ ਕੀ ਆਖਦਾ, ਕਹਿੰਦਾ ਕਿਸੇ ਹੋਰ ਨੂੰ ਵਿਆਹਣ ਦੀ ਬਜਾਏ ਮੈਂ ਤੈਨੂੰ ਵੀ ਵਿਆਹ ਦਵਾਂ ਤੇ ਮੈਨੂੰ ਕੋਈ ਦੁੱਖ ਨਹੀਂ ਹੈ।
ਤੈਨੂੰ ਦੇਣਾ ਚੰਗਾ ਹੈ ਕਹਿੰਦਾ। ਤੇ 7 ਸਾਲ ਉਹ ਰਖੇਲ ਦੇ ਲਈ ਲਬਾਨ ਦੀ ਸੇਵਾ ਕਰਦਾ, ਟਹਿਲ ਸੇਵਾ ਕਰਦਾ, ਉਹਦੀਆਂ ਬੱਕਰੀਆਂ ਭੇਡਾਂ ਚਾਰਦਾ, ਉਹਦੇ ਕੰਮ ਧੰਦੇ ਕਰਦਾ। ਕਿੰਨੇ ਸਾਲ? ਕਿੰਨੇ ਸਾਲ? 7 ਸਾਲ। ਪਰ ਬਹੁਤਿਆਂ ਦੇ ਕੋਲੋਂ ਸਬਰ ਨਹੀਂ ਨਾ ਹੁੰਦਾ, ਬਹੁਤਿਆਂ ਦੇ ਕੋਲੋਂ ਸਬਰ ਨਹੀਂ ਹੁੰਦਾ। ਫਿਰ ਉਹ ਸਬਰ ਨਾ ਹੋਣ ਦੇ ਕਾਰਨ ਉਹ ਬੁੜਬੁੜਾਉਂਦੇ ਆ, ਇੰਨੇ ਸਾਲ ਹੋ ਗਏ ਚਰਚ ਜਾਂਦੇ, ਅਸੀਂ ਦੁਖੀ ਕਿਉਂ, ਸਾਡਾ ਦੁੱਖ ਕਿਉਂ ਨਹੀਂ ਘੱਟ ਹੁੰਦਾ, ਅਸੀਂ ਠੀਕ ਕਿਉਂ ਨਹੀਂ ਹੁੰਦੇ, ਅਸੀਂ ਹੀਲ ਕਿਉਂ ਨਹੀਂ ਹੁੰਦੇ, ਅਸੀਂ ਚੰਗੇ ਕਿਉਂ ਨਹੀਂ ਹੁੰਦੇ, ਸਾਨੂੰ ਆਹ ਬਰਕਤ ਕਿਉਂ ਨਹੀਂ ਮਿਲਦੀ, ਸਾਨੂੰ ਆਹ ਆਸ਼ਿਸ਼ ਕਿਉਂ ਨਹੀਂ ਮਿਲਦੀ। ਜਦੋਂ ਇੱਦਾਂ ਦੇ ਸ਼ਬਦ ਮਨੁੱਖ ਬੋਲਦਾ ਆ ਤੇ ਸੁਣਨ ਵਾਲਾ ਬੰਦਾ ਅਗਰ ਆਤਮਕ ਆ ਤੇ ਉਹ ਸਮਝ ਜਾਂਦਾ ਕਿ ਇਹਦੇ ਅੰਦਰ ਆਤਮਾ ਦਾ ਫਲ ਹੈ ਨਹੀਂ, ਕਿਉਂਕਿ ਅਗਰ ਆਤਮਾ ਦਾ ਫਲ ਹੋਏਗਾ ਉਹ ਕਦੀ ਵੀ ਇੱਦਾਂ ਬੋਲੇਗਾ ਨਹੀਂ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ? ਯਾਕੂਬ ਕਹਿੰਦਾ ਮੈਂ 7 ਸਾਲ ਤੇਰੀ ਟਹਿਲ ਸੇਵਾ ਕਰਾਂਗਾ, ਤੂੰ ਆਪਣੀ ਛੋਟੀ ਜਿਹੜੀ ਕੁੜੀ ਆ ਮੇਰੇ ਨਾਲ ਵਿਆਹ ਦਮੀ, ਜਿਹਦਾ ਨਾਮ ਰਾਖੇਲਾ, ਕਿਉਂਕਿ ਯਾਕੂਬ ਉਹਨੂੰ ਪਿਆਰ ਕਰਦਾ ਸੀ, ਉਹਨੂੰ ਦਿਲੋਂ ਪਿਆਰ ਕਰਦਾ ਸੀ। ਔਰ ਜਦੋਂ 7 ਸਾਲ ਪੂਰੇ ਹੋ ਗਏ, ਯਾਕੂਬ ਲਬਾਨ ਦੇ ਕੋਲ ਆਉਂਦਾ ਔਰ ਉਹਨੂੰ ਆਖਦਾ, ਕਹਿੰਦਾ ਸਮਾਂ ਪੂਰਾ ਹੋ ਗਿਆ, ਹੁਣ ਤੂੰ ਆਪਣੀ ਧੀ ਜਿਹੜੀ ਰਾਖੇਲ ਆ ਉਹਨੂੰ ਮੈਨੂੰ ਦੇ, ਮੇਰੇ ਨਾਲ ਉਹਦਾ ਵਿਆਹ ਕਰ, ਤਾਂ ਜੋ ਮੈਂ ਉਹਦੇ ਨਾਲ ਸੋਵਾਂ ਜਾਂ ਸਮੇਂ ਬਿਤਾਵਾਂ। ਤੇ ਉਹ ਆਖਦਾ, ਕਹਿੰਦਾ ਲਬਾਨ ਆਖਦਾ, ਉਹਦਾ ਸਹੁਰਾ ਆਖਦਾ, ਕਹਿੰਦਾ ਸਾਡੇ ਇੱਦਾਂ ਦਾ ਰਿਵਾਜ ਨਹੀਂ ਹੈ ਕਿ ਵੱਡੀ ਤੋਂ ਪਹਿਲਾਂ ਛੋਟੀ ਨੂੰ ਵਿਆਹ ਦੇਈਏ। ਇਹ ਬਾਅਦ ਵਿੱਚ ਸਮਾਂ ਨਹੀਂ ਹੈ ਕਿ ਮੈਂ ਸਾਰਾ ਪੜ੍ਹਾਂ, ਮੈਂ ਤੁਹਾਨੂੰ ਦੱਸ ਦਿੰਦਾ। ਇਹ ਜਦੋਂ ਵਿਆਹ ਕਰ ਦਿੰਦਾ, ਲਿਆ ਦੇ ਨਾਲ ਉਹਦਾ ਵਿਆਹ ਕਰ ਦਿੰਦਾ, ਵੱਡੀ ਦੇ ਨਾਲ ਯਾਕੂਬ ਨੂੰ, ਯਾਕੂਬ ਦਾ ਵਿਆਹ ਹੋ ਜਾਂਦਾ। ਤੇ ਜਦੋਂ ਸੁਬਾਹ ਉੱਠ ਕੇ ਦੇਖਦਾ ਤਾਂ ਫਿਰ ਆਪਣੇ ਸਹੁਰੇ ਕੋਲ ਜਾਂਦਾ, ਕਹਿੰਦਾ ਤੁਸੀਂ ਮੇਰਾ ਧੋਖਾ ਕੀਤਾ। ਤੇ ਫਿਰ ਜਿਹੜਾ ਲਬਾਨ ਆ ਉਹਦਾ ਸਹੁਰਾ ਉਹਨੂੰ ਦੱਸਦਾ, ਕਹਿੰਦਾ ਸਾਡੇ ਇੱਥੇ ਰਿਵਾਜ ਨਹੀਂ ਹੈ, ਰਿਵਾਜ ਨਹੀਂ ਹੈ ਕਿ ਅਸੀਂ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ। ਕਹਿੰਦਾ ਜੇ ਤੂੰ ਰਾਖੇਲ ਦੇ ਨਾਲ ਵੀ ਵਿਆਹ ਕਰਨਾ ਚਾਹੁੰਦਾ ਤੇ 7 ਸਾਲ ਹੋਰ ਸੇਵਾ ਕਰ, ਅਗਲੇ 7 ਸਾਲ ਤੂੰ ਹੋਰ ਟਹਿਲ ਸੇਵਾ ਕਰ। ਕਹਿੰਦਾ ਠੀਕ ਹੈ। ਰਾਖੇਲ ਦੇ ਲਈ 7 ਸਾਲ ਹੋਰ, 14 ਸਾਲ ਉਹਨੂੰ ਪ੍ਰਾਪਤ ਕਰਨ ਦੇ ਲਈ। ਸਬਰ ਦੇਖੋ, ਸਬਰ ਦੇਖੋ, ਧੀਰਜ ਦੇਖੋ ਉਹਦੇ ਅੰਦਰ, ਕਿਉਂਕਿ ਉਹਦੇ ਨਾਲ ਪਿਆਰ ਕਰਦਾ ਸੀ। ਜੇ ਤੁਹਾਡਾ ਪਿਆਰ ਯਿਸੂ ਮਸੀਹ ਦੇ ਨਾਲ ਆ ਤੇ ਤੁਹਾਡੇ ਅੰਦਰ ਵੀ ਸਮੇਂ ਨੂੰ ਮੱਦੇਨਜ਼ਰ ਰੱਖਣ ਵਾਲਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਕਿ 4 ਵੱਜ ਗਿਆ, 5 ਵੱਜ ਗਿਆ, ਤੁਸੀਂ ਉਹਨੂੰ ਪਿਆਰ ਕਰਨ ਵਾਲੇ ਆ ਤੇ ਤੁਸੀਂ ਹੋਰ ਸਮੇਂ ਨੂੰ ਮੰਗੋਗੇ। ਮੈਂ ਆਤਮਕ ਲੋਕਾਂ ਦੇ ਨਾਲ ਗੱਲ ਕਰਦਾ, ਕਰੋ 1 ਘੰਟਾ ਵੀ ਦੁਆ ਕਰਦੇ, ਜਦੋਂ ਉਹਨਾਂ ਧਿਆਨ ਲੱਗ ਜਾਂਦਾ, ਜਦੋਂ ਆਤਮਾ 'ਚ ਮਗਨ ਹੋ ਜਾਂਦੇ ਆ, ਉਹ ਫਿਰ ਇਹੀ ਆਖਦੇ ਆ ਅੰਦਰੋਂ ਕਿ ਦੁਆ ਬੰਦ ਨਾ ਹੋਵੇ। ਸਰੀਰਕ ਬੰਦੇ ਦੇ ਲਈ 1 ਘੰਟਾ 4 ਘੰਟਿਆਂ ਦੇ ਬਰਾਬਰ ਹੈ। ਪਹਿਲੀ ਗੱਲ, 1 ਘੰਟਾ ਉਹ ਬਿਤਾ ਹੀ ਨਹੀਂ ਸਕਦਾ। ਕਿੰਨਿਆਂ ਨੂੰ ਸਮਝ ਆ ਰਹੀ? ਤੁਸੀਂ ਕਈਆਂ ਨੂੰ ਆਰਾਧਨਾ 'ਚ ਉੱਠਦੇ ਜਾਂਦੇ ਵੀ ਦੇਖਿਆ ਹੋਏਗਾ। ਜਦੋਂ ਤੁਹਾਡੇ ਅੰਦਰ ਸਬਰ ਜਿਹੜਾ ਆਤਮਾ ਦਾ ਫਲ ਹੈ ਤੁਹਾਡੇ ਅੰਦਰ ਪੈਦਾ ਹੋ ਜਾਏਗਾ, ਤੁਸੀਂ ਉਸ ਬਰਕਤ ਨੂੰ ਵੀ ਪ੍ਰਾਪਤ ਕਰ ਸਕਦੇ ਜਿਹੜੀ ਸਿਰਫ ਤੁਹਾਡੇ ਲਈ ਲਿਖੀ ਹੋਈ ਹੈ। ਹਾਲੇਲੂਇਆ। ਜੇ ਸਬਰ ਯਾਕੂਬ ਦੇ ਅੰਦਰ ਨਾ ਹੁੰਦਾ ਤੇ ਆਪਣੇ ਸਹੁਰੇ ਦੇ ਨਾਲ ਉਹ ਬੋਲਬਾਲਾ ਕਰਦਾ ਤੇ ਮੈਨੂੰ ਨਹੀਂ ਲੱਗਦਾ ਰਾਖੇਲ ਨੂੰ ਪ੍ਰਾਪਤ ਕਰ ਪਾਉਂਦਾ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ? ਕਹਿੰਦਾ ਲਬਾਨ, ਕਹਿੰਦਾ 7 ਸਾਲ ਤੂੰ ਹੋਰ, ਕਹਿੰਦਾ ਸੇਵਾ ਕਰ, ਕਹਿੰਦਾ ਫਰ ਫਿਰ ਮੈਂ ਰਾਖੇਲ ਤੇਰੇ ਨਾਲ ਵਿਆਹ ਦਵਾਂਗਾ। ਉਹਨੇ 14 ਸਾਲ, ਟੋਟਲ 14 ਸਾਲ ਉਹਨੇ ਟਹਿਲ ਸੇਵਾ ਕੀਤੀ ਹੈ ਤੇ ਰਾਖੇਲ ਨੂੰ ਪ੍ਰਾਪਤ ਕੀਤਾ। ਇੱਕ ਪਤਾ ਕਿਉਂ ਹੋਇਆ ਇੱਦਾਂ, ਕਿਉਂ ਹੋਇਆ ਇੱਦਾਂ? ਕਿਉਂਕਿ ਯਾਕੂਬ ਧੋਖਾ ਕਰਕੇ ਆਇਆ ਸੀ ਆਪਣੇ ਭਰਾ ਦੇ ਨਾਲ ਤੇ ਅਗਾਂਹ ਉਹਦੇ ਨਾਲ ਵੀ ਧੋਖਾ ਹੀ ਹੋਇਆ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਤੇ ਜੋ ਮਨੁੱਖ ਕਰਦਾ ਹੈ, ਜੋ ਆਪਣੇ ਲਈ ਬੀਜਦਾ ਹੈ,
ਕਿਸੇ ਦੇ ਲਈ ਬੀਜਦਾ ਹੋਵਾ ਉਹਦੇ ਆਪਣੇ ਰਾਹਾਂ 'ਚ ਵੀ ਬੀਜਿਆ ਜਾਂਦਾ ਹੈ। ਸਮਝ ਆ ਰਹੀ ਹੈ ਕਿਸੇ ਨੂੰ ਕਿ ਨਹੀਂ? ਬੋਲੋ ਹਾਲੇਲੂਇਆ। ਅਗਰ ਯਾਕੂਬ ਦੇ ਅੰਦਰ ਸਬਰ ਨਾ ਹੁੰਦਾ ਤੇ ਉਹ ਰਾਖੇਲ ਨੂੰ ਪ੍ਰਾਪਤ ਨਾ ਕਰ ਪੈਂਦਾ। ਅਗਰ ਤੁਹਾਡੇ ਅੰਦਰ ਸਬਰ ਨਹੀਂ ਆ ਤੇ ਤੁਸੀਂ ਆਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਆਤਮਾ ਦੇ ਫਲਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਖੁਦਾਵੰਦ ਦੇ ਕੋਲੋਂ ਕੋਈ ਬਰਕਤ ਨਹੀਂ ਲੈ ਸਕਦੇ। ਖੁਦਾਵੰਦ ਨੇ ਅਗਰ 3 ਹਫ਼ਤੇ ਰੱਖੇ ਆ ਤੁਹਾਡੇ ਲਈ ਬਰਕਤ ਦੇਣ ਦੇ ਲਈ ਤਾਂ ਤੁਸੀਂ 2 ਹਫ਼ਤਿਆਂ 'ਚ ਥੱਕ ਗਏ ਆ ਤੇ ਕਿੱਦਾਂ ਪ੍ਰਾਪਤ ਕਰ ਪਾਵਾਂਗੇ? ਤੁਹਾਨੂੰ ਸਬਰ ਦੇ ਨਾਲ 3 ਹਫ਼ਤਿਆਂ ਤੱਕ ਪਹੁੰਚਣਾ ਪੈਣਾ ਜੋ ਟਾਈਮ ਕੰਡੀਸ਼ਨ ਖੁਦਾਵੰਦ ਨੇ ਰੱਖੀ ਤੁਹਾਡੇ ਲਈ। ਕਿੰਨਿਆਂ ਨੂੰ ਸਮਝ ਆ ਰਹੀ ਹੈ? ਬੋਲੋ ਹਾਲੇਲੂਇਆ, ਹਾਲੇਲੂਇਆ। ਸਬਰ ਦਾ ਹੋਣਾ ਇੱਕ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ। ਮੇਰੇ ਨਾਲ ਕੂਚ ਦਾ ਪੁਸਤਕ ਖੋਲੀਏ ਜ਼ਰਾ, ਹਿੰਦੀ 'ਚ ਕੀ ਆਖਦੇ ਆ? ਹਾਂ, ਕੀ ਆਖਦੇ ਆ? ਨਿਰਗਮਨ। ਹਾਂ ਰਿਆ, ਨਿਰਗਮਨ ਕਹਿੰਦੇ। ਹਾਂ ਮੈਂ ਤੁਹਾਡੇ ਹੱਥ ਦੇਖਾਂਗਾ ਜਿਹਨੇ ਪਹਿਲਾਂ ਉਠਾਇਆ ਅੱਜ ਦੇ ਦਿਨ ਦੀ ਬਰਕਤ ਉਹਦੀ ਹੈ। ਏਦਾਂ ਨਹੀਂ ਬੋਲ ਤਾਂ ਲੈਣ ਦੇ ਮੈਨੂੰ। ਉਂਗਲ ਰੱਖਣੀ ਹੈ ਵਰਸ ਦੇ ਉੱਪਰ, ਚੈਪਟਰ ਖੋਲ ਕੇ ਵਰਸ ਦੇ ਉੱਪਰ ਉਂਗਲ ਰੱਖਣੀ ਹੈ। ਖੁਦਾ ਦੀ ਅੱਖ ਦੇਖ ਰਹੀ ਹੈ, ਯਾਦ ਰੱਖਣਾ ਉਹਨੇ ਬਰਕਤ ਦੇਣੀ ਹੈ। ਕੂਚ ਦਾ ਪੁਸਤਕ ਉਹਦਾ 32 ਨੰਬਰ ਅਧਿਆਇ ਔਰ ਉਹਦਾ 1 ਨੰਬਰ ਬੰਦੀ ਦੀ ਬੋਰਾ। ਗੋਡ ਬਲੈਸ ਯੂ, ਗੋਡ ਬਲੈਸ ਯੂ। ਐਂਡ ਤੱਕ ਚੱਲਣ ਦਿਓ ਕੰਮ, ਉਹ ਵੀ ਬਰਕਤ ਪਾਉਣ ਦਿਓ। ਸਾਰਿਆਂ ਨੇ ਕੱਢ ਕੇ ਉਂਗਲ ਰੱਖਣੀ ਹੈ, ਕੋਈ ਬਿਨਾਂ ਕੱਢੇ ਰਹੇ ਨਾ। ਮਿਲ ਗਿਆ ਸਭ ਨੂੰ? ਕੁਛ ਦਾ ਪੁਸਤਕ ਉਹਦਾ 32 ਨੰਬਰ ਅਧਿਆਇ ਔਰ ਉਹਦਾ 1 ਨੰਬਰ ਬੰਦੀ। ਇਹ ਉਸ ਸਮੇਂ ਦੀ ਗੱਲ ਹੈ, ਮੇਰਾ ਖੁਦਾਵੰਦ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇਵੇ। ਸਾਰਾ ਚਰਚ ਬੋਲੇ। ਕੁਛ ਦਾ ਪੁਸਤਕ ਉਹਦਾ 32 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਤੋਂ ਮੈਂ ਪੜ੍ਹਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਇਹ ਉਸ ਸਮੇਂ ਦੀ ਗੱਲ ਹੈ, ਅਗਰ ਤੁਹਾਨੂੰ ਆਸ਼ੀਸ਼ ਪ੍ਰਾਪਤ ਕਰਨ 'ਚ ਦੇਰੀ ਆ, ਅਗਰ ਤੁਸੀਂ ਅਗਰ ਜੋਬ ਦੇ ਲਈ ਅਪਲਾਈ ਕੀਤਾ ਉਹ ਮਿਲ ਨਹੀਂ ਰਹੀ ਆ, ਦੇਰੀ ਆ। ਅਗਰ ਕੋਈ ਬਿਜ਼ਨਸ ਨਾਲ ਤੁਸੀਂ ਅਪਲਾਈ ਕੀਤਾ ਉਹ ਚੱਲ ਨਹੀਂ ਰਿਹਾ, ਉਹਦੇ ਲਈ ਦੇਰੀ ਹੈ, ਤੇ ਸੁਣੋ ਬੜੇ ਧਿਆਨ ਦੇ ਨਾਲ ਬਾਈਬਲ ਕੀ ਆਖਦਾ। ਅਗਰ ਤੁਹਾਡੇ ਰਿਸ਼ਤਿਆਂ ਦੇ ਵਿੱਚ ਦੇਰੀ ਹੈ, ਅਗਰ ਲਾਈਫ ਪਾਰਟਨਰ ਚੂਜ਼ ਕਰਨ 'ਚ ਦੇਰੀ ਹੈ, ਅਗਰ ਕੁਛ ਵੀ ਕੰਮ ਜੋ ਤੁਹਾਡੀ ਜ਼ਿੰਦਗੀ ਦੇ ਨਾਲ ਤੁਹਾਡੇ ਪਰਿਵਾਰ ਦੇ ਨਾਲ ਜੁੜਿਆ ਉਹਦੇ ਵਿੱਚ ਦੇਰੀ ਹੈ, ਤੇ ਸੁਣੋ ਫਿਰ ਵਚਨ ਕੀ ਆਖਦਾ। ਲਿਖਿਆ, ਜਾਂ ਲੋਕਾਂ ਨੇ ਵੇਖਿਆ ਵੀ ਮੂਸਾ ਨੇ ਪਹਾੜ ਤੋਂ ਉਤਰਨ ਦੇ ਲਈ ਚਿਰ ਲਾਇਆ, ਸਮੇਂ ਲਗਾਇਆ ਆ, ਤਾਂ ਲੋਕਾਂ ਨੇ ਹਾਰੂਨ ਦੇ ਕੋਲ ਇਕੱਠੇ ਹੋ ਕੇ ਜਾ ਕੇ ਉਹਨੂੰ ਆਖਿਆ, ਕਹਿੰਦਾ ਉਹ ਕਹਿੰਦੇ ਉੱਠ ਸਾਡੇ ਲਈ ਕੀ ਕਰ, ਸਾਡੇ ਲਈ ਕੀ ਕਰ, ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ। ਕਿਉਂ? ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਤੋਂ ਉਤਾਹਾਂ ਲਿਆਇਆ ਆ, ਅਸੀਂ ਨਹੀਂ ਜਾਣਦੇ ਭਈ ਉਹ, ਅਸੀਂ ਨਹੀਂ ਜਾਣਦੇ ਭਈ ਉਹਨੂੰ ਕੀ ਹੋ ਗਿਆ, ਕਿੱਥੇ ਚਲਾ ਗਿਆ। ਖੁਦਾਵੰਦ ਦਾ ਦਾਸ ਮੋਸੇਸ
ਤੁਹਾਡੇ ਮੇਰੇ ਲਈ ਖੁਦਾਵੰਦ ਦੇ ਲਈ ਖੁਦਾਵੰਦ ਦੇ ਕੋਲ ਗਿਆ ਪਹਾੜ ਦੇ ਉੱਪਰ ਔਰ ਖੁਦਾਵੰਦ ਯਹਵਾ ਪਰਮੇਸ਼ਵਰ ਲਿਖਿਆ ਮੂਸਾ ਦੇ ਨਾਲ ਇੱਦਾਂ ਗੱਲਾਂ ਕਰਦੇ ਸੀ ਜਿੱਦਾਂ ਕੋਈ ਆਪਣੇ ਮਿੱਤਰ ਦੇ ਨਾਲ ਗੱਲਾਂ ਕਰਦਾ, ਸੱਜਣ ਦੇ ਨਾਲ ਗੱਲਾਂ ਕਰਦਾ। ਪੰਜਾਬੀ ਦੀ ਬਾਈਬਲ 'ਚ ਇੱਦਾਂ ਲਿਖਿਆ ਯਹਵਾ ਪਰਮੇਸ਼ਵਰ ਇੱਦਾਂ ਮੋਸੇਸ ਦੇ ਨਾਲ ਗੱਲਾਂ ਕਰਦੇ ਸੀ ਜਿੱਦਾਂ ਕੋਈ ਸੱਜਣ ਆਪਣੇ ਸੱਜਣ ਦੇ ਨਾਲ ਗੱਲਾਂ ਕਰਦਾ। ਹਾਲੇਲੂਇਆ। ਔਰ ਗੱਲਾਂ ਕਰਨ ਦੇ ਦੌਰਾਨ ਮੋਸੇਸ ਦੀ ਸਕਿਨ ਜਿਹੜੀ ਆ ਲਾਲ ਹੋ ਜਾਂਦੀ ਸੀ, ਚਮੜੀ। ਔਰ ਜਦੋਂ ਖੁਦਾਵੰਦ ਦੇ ਸਾਹਮਣੇ ਜਾਂਦਾ ਸੀਗਾ ਤੇ ਉਹ ਪਰਨਾ ਹਟਾਉਂਦਾ ਸੀਗਾ, ਫਿਰ ਜਦੋਂ ਲੋਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਉਹ ਪਰਨਾ ਓੜ ਲੈਂਦਾ ਸੀਗਾ। ਹਾਲੇਲੂਇਆ। ਲੋਕ ਕਹਿੰਦੇ ਆ ਸਬਰ ਹੈ ਨਹੀਂ, ਪੇਸ਼ੈਂਸ ਹੈ ਨਹੀਂ ਆ, ਕਿ ਜਿਹੜਾ ਉਜਾੜ ਤੋਂ ਲੈ ਆਇਆ, ਉਜਾੜ 'ਚ ਲੈ ਆਇਆ, ਉਹਨੇ ਮੰਨਾ ਵੀ ਦੇ ਦਿੱਤਾ, ਰੋਟੀ ਵੀ ਦੇ ਦਿੱਤੀ, ਪਾਣੀ ਵੀ ਮੁਹੱਈਆ ਕਰਾ ਦਿੱਤਾ, ਮੀਟ ਵੀ ਖਾਣ ਨੂੰ ਦੇ ਦਿੱਤਾ, ਫਿਰ ਉਹ ਅਗਾਹਾਂ ਨਹੀਂ ਲੈ ਕੇ ਜਾ ਸਕਦਾ? ਜਿਹਨੇ ਤੁਹਾਨੂੰ ਅੱਜ ਤੱਕ ਜ਼ਿੰਦਾ ਰੱਖਿਆ ਆ, ਅੱਜ ਤੱਕ ਜਿਹਨੇ ਜ਼ਰੂਰਤਾਂ ਨੂੰ ਪੂਰਾ ਕੀਤਾ, ਕੀ ਉਹ ਕੱਲ੍ਹ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰੇਗਾ? ਨਹੀਂ ਕਰੇਗਾ? ਮੈਂ ਕਿਹਾ ਨਹੀਂ ਕਰੇਗਾ, ਕਰੇਗਾ। ਇਹੀ ਵਿਸ਼ਵਾਸ ਹੈ ਜਿਹੜਾ ਤੁਹਾਡੇ ਅੰਦਰ ਧੀਰਜ ਪੈਦਾ ਕਰਦਾ, ਔਰ ਧੀਰਜ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਹਰ ਇੱਕ ਬਰਕਤ ਨੂੰ ਖੁਦਾ ਦੇ ਕੋਲੋਂ ਪ੍ਰਾਪਤ ਕਰ ਸਕਦੇ ਹਾਂ। ਸਾਰਾ ਚਰਚ ਬੋਲੇ ਹਾਲੇਲੂਇਆ। ਔਰ ਲੋਕਾਂ ਦੇ ਕੋਲੋਂ ਧੀਰਜ ਹੈ ਨਹੀਂ, ਸਬਰ ਹੈ ਨਹੀਂ। ਕਹਿੰਦੇ ਮੂਸਾ ਜਿਹੜਾ ਪਹਾੜ ਤੇ ਗਿਆ, ਤੁਹਾਨੂੰ ਪਤਾ ਉਹਨੂੰ 40 ਦਿਨ ਤੇ 40 ਰਾਤਾਂ ਬਿਨਾਂ ਪਾਣੀ ਦੇ ਤੇ ਬਿਨਾਂ ਰੋਟੀ ਦੇ ਰਿਹਾ ਮੋਸੇਸ। ਕਿੰਨੇ ਦਿਨ? 40 ਦਿਨ ਰਾਤ ਬਿਨਾਂ ਰੋਟੀ ਦੇ ਤੇ ਬਿਨਾਂ ਪਾਣੀ ਦੇ ਸਿਰਫ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਮਗਨ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਜਦੋਂ 40ਵੇਂ ਦਿਨ ਥੱਲੇ ਆਇਆ, 10 ਪੱਟੀਆਂ 10 ਹੁਕਮ ਲੈ ਕੇ 2 ਪੱਟੀਆਂ ਦੇ ਉੱਪਰ, ਔਰ ਜਦੋਂ ਉਹਨੇ ਲੋਕਾਂ ਨੂੰ ਦੇਖਿਆ, ਕਹਿੰਦਾ ਨਾ ਤਾਂ ਇਹ ਜਿਹੜਾ ਰੌਲਾ, ਸਮਾਂ ਨਹੀਂ ਹੈ ਕਿ ਸਾਰਾ ਪੜਾਵਾਂ ਘਰ ਜਾ ਕੇ 1 ਨੰਬਰ ਤੋਂ ਲੈ ਕੇ 10 ਨੰਬਰ ਤੱਕ ਪੜ੍ਹ ਲੈਣਾ ਜਾਂ 14 ਨੰਬਰ ਬੰਕੀ ਤੱਕ ਪੜ੍ਹ ਲੈਣਾ, ਤੁਹਾਨੂੰ ਸਮਝ ਆ ਜਾਏਗਾ। ਮੋਸੇਸ ਜਦੋਂ ਹੁਕਮਨਾਮਾ ਲੈ ਕੇ ਥੱਲੇ ਉਤਰਿਆ ਔਰ ਸੁਣਦਾ ਰੌਲਾ, ਜਦੋਂ ਲੋਕਾਂ ਨੇ ਹਰੂਨ ਨੂੰ ਆਖਿਆ, ਮੋਸੇਸ ਦੇ ਭਰਾ ਨੂੰ ਕਿਹਾ, ਕਹਿੰਦੇ ਮੋਸੇਸ ਜਿਹੜਾ ਮਰਦ ਮੂਸਾ ਆ, ਸਾਨੂੰ ਨਹੀਂ ਪਤਾ ਕਿੱਥੇ ਚਲਾ ਗਿਆ, ਤੂੰ ਸਾਡੇ ਲਈ ਕਹਿੰਦਾ ਕਿ ਦੇਵਤਾ ਬਣਾ ਜਿਹੜਾ ਸਾਡੇ ਅੱਗੇ ਅੱਗੇ ਚੱਲੇ। ਔਰ ਫਿਰ ਹਰੂਨ ਵੀ ਕੀ ਆਖਦਾ, ਕਹਿੰਦਾ ਆਪਣੀਆਂ ਕੁੜੀਆਂ, ਆਪਣੇ ਬੱਚੀਆਂ, ਆਪਣੀਆਂ ਤੀਵੀਆਂ ਦੇ ਕਹਿੰਦਾ ਗਹਿਣੇ ਤੋੜ ਤਾੜ ਕੇ ਮੇਰੇ ਕੋਲ ਲੈ ਕੇ ਆਓ, ਤੇ ਮੈਂ ਸੋਨੇ ਦੇ ਉਹਨਾਂ ਨੂੰ ਮੈਂ ਪਿਘਲਾ ਕੇ ਕੋਈ ਆਕਾਰ ਦਊਂਗਾ। ਉਹ ਸਾਰੇ ਲੈ ਆਏ, ਉਹਨਾਂ ਨੇ ਆਕਾਰ ਦਿੱਤਾ, ਉਹ ਇੱਕ ਬੱਛਾ ਬਣ ਗਿਆ, ਉਹ ਬੱਛੜਾ ਬਣ ਗਿਆ, ਤੇ ਉਹ ਬੱਛੜੇ ਦੇ ਅੱਗੇ ਆਪਣੇ ਸਿਰਾਂ ਨੂੰ ਝੁਕਾਉਣ ਲੱਗ ਗਏ ਔਰ ਆਖਣ ਲੱਗ ਗਏ ਕਿ ਇਹ ਆ ਸਾਡਾ ਦੇਵਤਾ। ਕੌਣ? ਇਹ ਸਾਡਾ ਦੇਵਤਾ ਜਿਹੜਾ ਸਾਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕਰਕੇ ਲਿਆਇਆ। ਖੁਦਾ ਕਿੱਦਾਂ ਆਪਣੀ ਮਹਿਮਾ ਲੈ ਲਏਗਾ, ਕਿਸੇ ਹੋਰ ਨੂੰ ਕਿੱਦਾਂ ਦੇ ਦੇਗਾ ਆਪਣੀ ਜਿਹੜੀ ਮਹਿਮਾ, ਉਹਦੀ ਆਪਣੀ ਰਿਸਪੈਕਟ ਆ, ਉਹ ਕਿਸੇ ਹੋਰ ਨੂੰ ਕਿੱਦਾਂ ਦੇ ਦੇਗਾ? ਲੋਕਾਂ ਦੇ ਅੱਖਾਂ ਦੇ ਸਾਹਮਣੇ ਏਡੇ ਵੱਡੇ ਵੱਡੇ ਕੰਮ ਹੋਏ, ਇੰਨੇ ਵੱਡੇ ਵੱਡੇ ਚਮਤਕਾਰ ਹੋਏ, ਇੰਨੇ ਦੁੱਖਾਂ ਚੋਂ ਲੰਘ ਕੇ ਕਿੱਦਾਂ ਆਏ, ਆਪਣੀ ਅੱਖਾਂ ਦੇ ਨਾਲ ਚਟਾਨ ਸੁੱਕੀ, ਚਟਾਨ ਚੋਂ ਪਾਣੀ ਨਿਕਲਦੇ ਦੇਖਿਆ, ਆਕਾਸ਼ ਤੋਂ ਮੰਨਾ ਉੱਤਰਦੇ ਦੇਖਿਆ, ਫਿਰ ਵੀ ਧੀਰਜ ਪੈਦਾ ਨਹੀਂ ਹੋਇਆ, ਫਿਰ ਵੀ ਵਿਸ਼ਵਾਸ ਵਧਿਆ ਨਹੀਂ। ਤਾਨਿਆ ਤੁਸੀਂ ਜਿਹੜੇ ਬਿਨਾਂ ਦੇਖੇ ਵਿਸ਼ਵਾਸ ਕਰਦੇ। ਉਹਨਾਂ ਨੇ ਆਪਣੀ ਅੱਖਾਂ ਨਾਲ ਦੇਖੇ ਅਦਭੁਤ ਕੰਮ, ਸਮੁੰਦਰ 2 ਭਾਗ ਹੋਇਆ, ਆਪਣੀ ਅੱਖਾਂ ਨਾਲ ਦੇਖਿਆ ਵੈਰੀ ਕਿੱਦਾਂ ਉਹ ਸਾਰੇ ਲੰਘੇ ਤੇ ਵੈਰੀ ਤਬਾਹ ਹੋ ਗਏ, ਮਰ ਗਏ ਸਮੁੰਦਰ 'ਚ।
ਆਪਣੀ ਅੱਖਾਂ ਨਾਲ ਦੇਖਿਆ ਯਹੋਵਾ ਦਾ ਹੱਥ ਕਿੱਦਾਂ ਕੰਮ ਕਰਦਾ, ਸਭ ਦੇਖਿਆ। ਪਰ ਮਾਸ ਨਹੀਂ ਮਿਲਿਆ ਤਾਂ ਬੁੜਬੁੜਾਹਟ, ਪਾਣੀ ਨਹੀਂ ਮਿਲਿਆ ਤਾਂ ਬੁੜਬੁੜਾਹਟ, ਕੁਝ ਖਾਣ ਨੂੰ ਨਹੀਂ ਮਿਲਿਆ ਤਾਂ ਬੁੜਬੁੜਾਹਟ। ਇਹ ਜਿਹੜੀ ਬੁੜਬੁੜਾਹਟ ਜਿੰਨਿਆਂ ਨੇ ਕੀਤੀ ਉਹ ਰਾਸਤੇ 'ਚ ਹੀ ਮਾਰੇ ਗਏ। ਉਹ ਜਿਹਨਾਂ ਦੇ ਅੰਦਰ ਸਬਰ ਸੀ ਉਹ ਕਨਾਨ ਦੇਸ਼ ਤੱਕ ਪਹੁੰਚੇ। ਹਾਲੇਲੂਇਆ! ਜੇ ਅੱਜ ਤੁਹਾਡੇ ਅੰਦਰ ਸਬਰ ਹੈ ਤੇ ਤੁਸੀਂ ਵੀ ਇੱਕ ਦਿਨ ਸਵਰਗ 'ਚ ਪਹੁੰਚੋਗੇ। ਸਾਰਾ ਚਰਚ ਬੋਲੇ ਬਿਨਾਂ ਬੁੜਬੁੜਾਹਟ ਕੀਤੇ। ਲਿਖਿਆ ਜਦੋਂ ਹਰੂਨ ਨੇ ਉਹ ਬਛੜਾ ਜਿਹਾ ਬਣਾ ਦਿੱਤਾ, ਲੋਕ ਨੱਚਣ ਟੱਪਣ ਲੱਗ ਗਏ, ਉਹਦੇ ਅੱਗੇ ਕੁਰਬਾਨੀਆਂ ਦੇਣ ਲੱਗ ਗਏ। ਔਰ ਜਦੋਂ ਮੋਸੇਸ 40ਵੇਂ ਦਿਨ ਉਤਰਿਆ ਪਹਾੜ ਤੋਂ 10 ਹੁਕਮ ਲੈ ਕੇ, ਔਰ ਥੱਲੇ ਉਤਰਦੇ ਉਤਰਦੇ ਉਹਨੇ ਰੌਲਾ ਸੁਣਿਆ, ਕਹਿੰਦਾ ਨਾ ਤਾਂ ਇਹ ਰੌਲਾ ਜਿੱਤਣ ਦਾ ਆ ਤੇ ਨਾ ਹੀ ਕਹਿੰਦਾ ਇਹ ਰੌਲਾ ਹਾਰਨ ਦਾ, ਇਹ ਰੌਲਾ ਹੈ ਕਾਹਦਾ ਆ ਕਹਿੰਦਾ। ਖੁਦਾਵੰਦ ਕਹਿੰਦੇ ਤੇਰੇ ਲੋਕ ਭ੍ਰਸ਼ਟ ਹੋ ਗਏ ਆ, ਭ੍ਰਿਸ਼ਟ ਹੋ ਗਏ ਆ ਮੋਸੇਸ ਥੱਲੇ ਲੋਕ। ਤੇ ਮੋਸੇਸ ਜਦੋਂ ਥੱਲੇ ਉਤਰਦਾ, ਜਦੋਂ ਦੇਖਦਾ ਲੋਕਾਂ ਨੂੰ, ਉਹ ਹਰੂਨ ਨੂੰ ਝਿੜਕਦਾ ਵੀ ਤੂੰ ਆ ਕੀ ਕਰ ਦਿੱਤਾ, ਕਹਿੰਦਾ ਲੋਕ ਮੇਰੇ ਤੇ ਪ੍ਰੈਸ਼ਰ ਪਾ ਰਹੇ ਸੀ ਤੇ ਮੈਂ ਫਿਰ ਕੀ ਕਰਦਾ। ਫਿਰ ਉਹਨੇ ਉਹੀ ਬਛੜਾ ਮੰਗਾਇਆ, ਉਹਨੂੰ ਏਦਾਂ ਢਾਲਿਆ, ਏਦਾਂ ਉਹਨੂੰ ਤੋੜਿਆ, ਪੰਨਿਆ ਲਿਖਿਆ, ਪੀਪਾ ਬਣਾ ਦਿੱਤਾ ਉਹਦਾ। ਔਰ ਲੋਕਾਂ ਨੂੰ ਆਖਿਆ ਕਿ ਜਿਹੜੇ ਯਹੋਵਾ ਦੇ ਵਾਲਿਆ ਉਹ ਮੇਰੀ ਸਾਈਡ ਦੇ ਉੱਤੇ ਆ ਜਾਣ, ਤਾਂ ਜਿਹੜੇ ਇਸ ਬਛੜੇ ਦੇ ਵਾਲਿਆ ਉਹ ਸਾਈਡ ਹੀ ਰਹਿਣ। ਲੇਵੀ ਸਾਰੇ ਮੋਸੇਸ ਦੇ ਵੱਲ ਆ ਗਏ। ਔਰ ਲਿਖਿਆ ਫਿਰ ਮੋਸੇਸ ਨੇ ਦੁਆ ਮੰਗੀ ਖੁਦਾ ਦੇ ਅੱਗੇ, ਲਿਖਿਆ ਧਰਤੀ ਖੁੱਲੀ ਤੇ ਉਸ ਦਿਨ ਲਗਭਗ 22,000 ਕਹਿੰਦਾ ਲੋਕ ਮਾਰੇ, ਸੋਰੀ 3,000 ਲੋਕ ਜਿਹੜੇ ਆ ਮਾਰੇ ਗਏ। ਹਾਲੇਲੂਇਆ! ਉਸ ਘੜੀ ਜਿਹਨਾਂ ਨੇ ਬੁੜਬੁੜਾਹਟ ਕੀਤੀ, ਜਿਹਨਾਂ ਨੇ ਬਛੜਾ ਬਣਾਉਣ ਦੇ ਲਈ ਉਕਸਾਇਆ, ਜਿਹਨਾਂ ਦੇ ਅੰਦਰ ਸਬਰ ਨਹੀਂ ਸੀਗਾ ਕਿ ਮੋਸੇਸ ਜੇ ਗਿਆ ਆ ਤਾਂ ਉਹ ਆਏਗਾ ਵੀ, ਜੇ ਖੁਦਾ ਗਿਆ ਆ ਤਾਂ ਉਹ ਆਏਗਾ ਵੀ। ਕਿੰਨਿਆਂ ਨੂੰ ਮੇਰੀ ਗੱਲ ਸਮਝ ਆ ਰਹੀ? ਕਹਿੰਦਾ ਮੈਂ ਜਾ ਰਿਹਾ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਦੇ ਲਈ, ਇੱਕ ਦਿਨ ਆਵਾਂਗਾ, ਪਰ ਸਬਰ ਰੱਖ ਕੇ ਬੈਠਣਾ। ਸਬਰ ਦੇ ਦੌਰਾਨ ਆਪਣੇ ਵਿਸ਼ਵਾਸ 'ਚ ਡਗਮਗਾਉਣਾ ਨਹੀਂ ਹੈ, ਵਿਸ਼ਵਾਸ ਤੋਂ ਹਟ ਨਹੀਂ ਜਾਣਾ, ਪ੍ਰਾਰਥਨਾ ਕਰਦਿਆਂ ਰੁਕ ਨਹੀਂ ਜਾਣਾ। ਲਿਖਿਆ ਪ੍ਰਾਰਥਨਾ ਕਰਦਿਆਂ ਕਦੀ ਵੀ ਸੁਸਤੀ ਨਹੀਂ ਕਰਨੀ, ਯਿਸੂ ਮਸੀਹ ਦੇ ਮੂੰਹ 'ਚੋਂ ਨਿਕਲੇ ਸ਼ਬਦ ਹੈ। ਬਾਈਬਲ ਪੜ੍ਹਨਾ ਬੰਦ ਨਹੀਂ ਕਰਨਾ, ਸੰਗਤੀ ਕਰਨਾ ਬੰਦ ਨਹੀਂ ਕਰਨਾ। ਧੀਰਜ ਦੇ ਵਿੱਚ ਰਹਿੰਦਿਆਂ ਹੋਇਆ, ਧੀਰਜ ਜਿਹੜਾ ਕਿ ਆਤਮਾ ਦਾ ਫਲ ਆ, ਤੁਹਾਡੇ ਅੰਦਰ ਰਹਿੰਦਿਆਂ ਹੋਇਆ ਤੁਸੀਂ ਇਹਨਾਂ ਕੰਮਾਂ ਨੂੰ ਕਰਦੇ ਹੋਏ ਅੱਗੇ ਵਧਣਾ। ਕਹਿੰਦਾ ਧੀਰਜ ਤੁਹਾਨੂੰ ਸਿੱਧ ਬਣਾਏਗਾ। ਹਾਲੇਲੂਇਆ! ਉਹ ਤੁਹਾਨੂੰ ਸੰਪੂਰਨ ਬਣਾਏਗਾ। ਔਰ ਜਦੋਂ ਧੀਰਜ ਤੁਹਾਡੇ ਅੰਦਰ ਪੂਰਨ ਰੀਤੀ ਦੇ ਨਾਲ ਕੰਮ ਕਰਦਾ, ਕਹਿੰਦਾ ਫਿਰ ਤਾਂ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਏਗਾ। ਸਾਰਾ ਚਰਚ ਬੋਲੇ। ਮੈਂ ਕਿਹਾ ਸਾਰਾ ਚਰਚ ਬੋਲੇ। ਸਬਰ ਦੇ ਉੱਪਰ ਅਗਰ ਤੁਸੀਂ ਬਾਈਬਲ 'ਚ ਐਗਜ਼ਾਮਪਲਾਂ ਲਵੋ ਤਾਂ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਣਗੀਆਂ। ਤੁਸੀਂ ਆਪਣੀ ਜ਼ਿੰਦਗੀ ਦੇ ਵੱਲ ਗੌਰ ਕਰਕੇ ਦੇਖੋ। ਤੁਸੀਂ ਅੱਜ ਤੁਸੀਂ ਤੇ ਮੈਂ ਵੀ ਸਬਰ ਕਰਕੇ ਬੈਠੇ, ਪੇਸ਼ੈਂਸ ਦੇ ਨਾਲ ਬੈਠੇ ਵੀ ਕਿ ਯਿਸੂ ਮਸੀਹ ਆਏਗਾ ਸਾਨੂੰ ਲੈਣ ਦੇ ਲਈ। ਬਸ ਅਸੀਂ ਉਹਦੀ ਤਿਆਰੀ ਕਰਦੇ, ਹਰ ਐਤਵਾਰ ਹਰ ਸੰਡੇ ਅਸੀਂ ਉਹਦੀ ਤਿਆਰੀ ਕਰਦੇ, ਵਚਨ ਦੇ ਵਿੱਚੋਂ ਸਿੱਖਦੇ ਹਾਂ, ਆਰਾਧਨਾ 'ਚ ਖੁਦਾ ਦੇ ਆਤਮਾ ਨਾਲ ਔਰ ਆਤਮਾ ਦੇ ਦੁਆਰਾ ਖੁਦਾਵਨ ਨਾਲ ਮੇਲ ਮਿਲਾਪ ਕਰਦੇ ਹਾਂ। ਆਨੰਦਿਤ ਕਰਦਾ, ਸਾਨੂੰ ਮਸਾ ਦਿੰਦਾ, ਅਭਿਸ਼ੇਕ ਦਿੰਦਾ, ਪੂਰਾ ਹਫ਼ਤਾ ਸਾਨੂੰ ਸੰਭਾਲ ਕੇ ਰੱਖਦਾ, ਪਾਪ ਤੋਂ ਬਚਾ ਕੇ ਰੱਖਦਾ, ਸਾਨੂੰ ਸਿੱਧ ਬਣਨ ਦੇ ਵਿੱਚ ਉਹਦਾ ਜਿਹੜਾ ਧੀਰਜ ਆਤਮਾ ਦਾ ਫਲ ਆ, ਸਾਡੀ ਅਗਵਾਈ ਕਰਦਾ, ਸਾਡੀ ਮਦਦ ਕਰਦਾ। ਕਹਿੰਦਾ ਤੁਸ ਧੀਰਜ ਚੜਾ ਆ, ਉਹਨੂੰ ਆਪਣਾ ਕੰਮ ਕਰਨ ਦਿਓ, ਤੁਹਾਨੂੰ ਸਿੱਧ ਬਣਾ ਦੇਗਾ, ਸੰਪੂਰਨ ਬਣਾ ਦੇਗਾ, ਫਿਰ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਏਗਾ। ਬੋਲੋ ਹਾਲੇਲੂਇਆ, ਹਾਲੇਲੂਇਆ! ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ, ਅੱਜ ਦੇ ਵਚਨ ਦੇ ਲਈ ਸ਼ੁਕਰਾਨਾ ਕਰੀਏ ਖੁਦਾ ਬੰਦ।
ਸਭ ਦੁਆ ਕਰੀਏ ਅੱਜ ਦੇ ਵਚਨ ਦੇ ਲਈ, ਸਭ ਪ੍ਰਾਰਥਨਾ ਕਰੀਏ ਜੋ ਤੁਸੀਂ ਸੁਣਿਆ ਉਹਦੇ ਤੇ ਮਨਨ ਕਰੀਏ। ਵਚਨ ਤੇ ਮਨਨ ਕਰੀਏ ਸਭ। ਕਹਿੰਦਾ ਪ੍ਰੇਮ ਧੀਰਜ ਅਤੇ ਕਿਰਪਾਲੂ ਹੈ। ਅਗਰ ਖੁਦਾਵੰਦ ਦੇ ਨਾਲ ਪਿਆਰ ਆ, ਖੁਦਾਵੰਦ ਦੀ ਹਜ਼ੂਰੀ ਦੇ ਨਾਲ ਪਿਆਰ, ਉਹਦੇ ਵਚਨ ਦੇ ਨਾਲ ਪਿਆਰ ਹੈ, ਤੇ ਤੁਹਾਡੇ ਅੰਦਰ ਧੀਰਜ ਪੈਦਾ ਹੋਏਗਾ, ਉਹ ਤੁਹਾਨੂੰ ਕਿਰਪਾ ਦੇ ਹੇਠ ਰੱਖੇਗਾ। ਜੀਸਸ, ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲੇ। ਸਾਰਾ ਚਰਚ ਬੋਲੇ, ਮੈਂ ਕਿਹਾ ਸਾਰਾ ਚਰਚ ਬੋਲੇ ਹਾਲੇਲੂਇਆ। ਆਈਏ ਸਭ ਇਸੇ ਤਰ੍ਹਾਂ ਆਪਣੀਆਂ ਅੱਖਾਂ ਨੂੰ ਬੰਦ ਰੱਖੀਏ। ਸ਼ੁਕਰਗੁਜ਼ਾਰੀ ਦੀ ਪੇਂਟ ਜੋ ਤੁਸੀਂ ਖੁਦਾਬੰਦ ਦੇ ਲਈ ਲੈ ਕੇ ਆਏ, ਖੁਦਾਬੰਦ ਦੇ ਕੰਮਾਂ ਦੇ ਲਈ ਆਪਣੇ ਹੱਥਾਂ 'ਚ ਫੜੀ ਔਰ ਉਤਾਹਾਂ ਉਠਾਈਏ, ਤਾਂ ਜੋ ਖੁਦਾਬੰਦ ਦੀ ਨਜ਼ਰ ਤੁਹਾਡੇ ਦਾਨ ਦੇ ਉੱਪਰ ਪਵੇ, ਤੁਹਾਡੇ ਦਸ਼ਵਾਂਸ਼ 'ਤੇ ਪਵੇ, ਜੋ ਤੁਸੀਂ ਇਮਾਨਦਾਰੀ ਦੇ ਨਾਲ ਖੁਦਾਬੰਦ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਏ। ਕਹਿੰਦਾ ਤੁਹਾਡੇ ਦਾਨ ਦਸ਼ਵਾਂਸ਼ ਮੇਰੇ ਮੋਦੀਖਾਨੇ ਦੇ ਵਿੱਚ ਆਉਣ, ਔਰ ਤੁਸੀਂ ਇਮਾਨਦਾਰੀ ਦੇ ਨਾਲ ਲੈ ਕੇ ਆਏ, ਖੁਸ਼ੀ ਦੇ ਨਾਲ ਦੇਣ ਵਾਲੇ ਤੋਂ ਖੁਦਾਬੰਦ ਪ੍ਰਸੰਨ ਹੁੰਦਾ, ਉਹਨੂੰ ਬਰਕਤ ਦਿੰਦਾ। ਸਭ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਦੁਆ ਦੀ ਹਾਲਤ ਦੇ ਵਿੱਚ ਆਈਏ। ਸੱਚਾ ਸਹਿੰਦਾ ਮਿਹਰਬਾਨ ਖੁਦਾਬੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਸੀਂ ਸ਼ੁਕਰਾਨਾ ਕਰਦੇ ਹਾਂ ਖੁਦਾਬੰਦ, ਇਹਨਾਂ ਭਲਾਈ ਦੇ ਦਿਨਾਂ ਦੇ ਲਈ ਜੋ ਸਾਡੀ ਜ਼ਿੰਦਗੀਆਂ 'ਚ ਤੁਸੀਂ ਦੇ ਰਹੇ ਹਾਂ, ਸ਼ੁਕਰਾਨਾ ਕਰਦੇ ਹਾਂ ਪ੍ਰਭੂ। ਹਰ ਜ਼ਰੂਰਤ ਨੂੰ ਪੂਰਾ ਕੀਤਾ, ਸ਼ੁਕਰ ਕਰਦੇ ਹਾਂ। ਅੱਛੀ ਆਰਾਧਨਾ ਦੇ ਲਈ, ਵਚਨ ਦੇ ਲਈ ਖੁਦਾਬੰਦ, ਜੋ ਤੁਹਾਡੀ